जी ढिल्लों साहब सत श्री अकाल जी। सत श्री अकाल जी सारे ही श्रोतियां नूं प्यार भरी सत श्री अकाल। सो बहुत मेहरबानी ढिल्लों साहब तुसी जुड़दे हो हफ्तावारी प्रोग्राम दे विच और धन्नवाद करदे हो उहनां सज्जणां दा जिन्हां दे सहयोग दे सदका तुहाडी गल साडे श्रोते तक पहुंचदी है। दविंदर सिंह माहल ने न्यूयॉर्क दे विच वसदे ने यूएसए दे विच उहनां दे सहयोग दे सदका ढिल्लों साहब दा शो है जिहड़ा तुहाडे तक पहुंचदा स्पैशल। जी ढिल्लों साहब करिए जी गल पत्रकारिता दी असी उस घेरे दे विच आउणे आ अज आपदे भाईचारे दी गल करदे आ और थां थां दे उत्ते समस्यावां ने बड़ियां चुनौतियां ने पत्रकारिता दा जमाना बेशक मुद्दत तो लै लईए इतिहास मिथिहास नूं जे रलगड़ कर लईए तां नारद मुनि होरे साडे वड वडेरे लग सकदे आ तां आकाश पताल दीआं खबरां रखदे सी पर उस तों बाद जमाना आया तुसीं सारे जमाने देखे ने आपां इहदे ते गल करीए अज। देखो सुखनैब जी पत्रकारिता हुंदी की है जी इहदे बारे वख-वख लोकां दे वख-वख उहदे बारे डेफिनेशन है उहनां ने वख-वख दी व्याख्या कीती है कि किस किस्म दी है। सही देसी शब्दां च कहीए तां अपने पंजाब दे विच आम तौर ते इह समझिया जांदा है कि जिन्हां लोकां दे कोले आप दी जुबान नहीं जी जिहड़े बंदे आप दी गल कह नहीं सकते बोल नहीं सकते जिन्हां लोकां दी गल शासन प्रशासन सुनदा नहीं जी उहनां दी जीव उहनां दीआं अक्खां उहनां दे कन्न उहनां दे प्रतिनिधि जिहड़े बण के सामने आउंदे आ उहनां नूं पत्रकार कहिंदे आ मीडिया कहिंदे आ प्रेस कहिंदे आ जी। तुसीं गल नारद मुनि तों शुरू कीती है आरएसएस वाले भारतीय जनता पार्टी वाले समझदे आ कि नारद मुनि आपदे जमाने दा पत्रकार सी बहुत वड्डा जी। नारद मुनि नूं असीं पत्रकार नहीं कह सकदे असीं उहनूं लाऊ भजाऊ कह सकदे आ इधरों जिवें साडे पंजाबी च कहिंदे हुंदे अग लाई ते डब्बू कंध सी जी उह डब्बू कंध वाले सी लेकिन जिहड़े पत्रकार हुंदे आ पत्रकार उह हुंदे आ जिहड़े अपनी जान तली दे उत्ते तरके जी लोकां दी गल कहिंदे लोकां च जान। असल दे विच जिहड़ी प्रचलित डेफिनेशन है पत्रकारिता दी जां मीडिया दी जी उह इह है कि ਜੋ ਵੀ ਸਾਡੀ ਡੈਮੋਕਰੇਸੀ ਹੈ ਸਟੇਟ ਹੈ ਇਹਦੇ ਕਹਿੰਦੇ ਚਾਰ ਪਾਵੇ ਤੇ ਹੈ ਇਹ ਸਿਸਟਮ ਚਾਰ ਪਾਵਿਆਂ ਤੇ ਖੜਾ ਹੈ। ਇੱਕ ਪਾਵਾ ਜੀ ਕਹਿੰਦੇ ਇਹਦੀ ਹੈਗੀ ਹੈ ਵਿਧਾਨ ਪਾਲਿਕਾ ਜਿਹਨਾਂ ਨੂੰ ਅਸੀਂ ਐਮ ਐਲ ਏ ਤੇ ਐਮ ਪੀ ਕਹਿ ਦਿੰਦੇ ਹਾਂ। ਵਿਧਾਨ ਪਾਲਿਕਾ ਦਾ ਕੰਮ ਹੁੰਦਾ ਕਾਨੂੰਨ ਬਣਾਉਣਾ ਕਾਨੂੰਨਾਂ ਜਿਹੜੇ ਵਿਧਾਨ ਪਾਲਿਕਾ ਨੇ ਕਾਨੂੰਨ ਬਣਾ ਤੇ ਉਹਨਾਂ ਕਾਨੂੰਨਾਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਪਹਿਰਾ ਦੇਣਾ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਇਹ ਕੰਮ ਹੁੰਦਾ ਜੀ ਕਾਰਜਪਾਲਿਕਾ ਦਾ ਜਿਹਨੂੰ ਅਸੀਂ ਸਰਕਾਰੀ ਮਸ਼ੀਨਰੀ ਕਹਿ ਦਿੰਦੇ ਜਿਹਦੇ ਵਿੱਚ ਸਾਰੀ ਅਫਸਰਸ਼ਾਹੀ ਆ ਜਾਂਦੀ ਹੈ ਜੀ। ਉਹਦੇ ਵਿੱਚ ਡੀ ਸੀ ਵੀ ਆ ਗਏ ਉਹਦੇ ਵਿੱਚ ਐਸ ਐਸ ਪੀ ਵੀ ਆ ਗਏ ਉਹਦੇ ਵਿੱਚ ਪੁਲਿਸ ਵੀ ਆ ਗਈ ਇਹ ਸਾਰੇ ਦਾ ਸਾਰਾ ਮਾਮਲਾ ਹੋ। ਫਿਰ ਤੀਜੀ ਚੀਜ਼ ਹੈਗੀ ਹੈ ਕਿ ਬਣੇ ਹੋਏ ਕਾਨੂੰਨਾਂ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਕਾਨੂੰਨਾਂ ਦੀ ਕਿਤੇ ਉਲੰਘਣਾ ਤਾਂ ਨਹੀਂ ਹੋ ਰਹੀ ਜੀ ਲੋਕਾਂ ਨਾਲ ਕਿਤੇ ਧੱਕਾ ਤਾਂ ਨਹੀਂ ਹੋ ਰਿਹਾ ਲੋਕਾਂ ਨਾਲ ਬੇਇਨਸਾਫੀ ਤਾਂ ਨਹੀਂ ਹੋ ਰਹੀ ਤੇ ਜਾਂ ਜਿਨ੍ਹਾਂ ਲੋਕਾਂ ਨੇ ਕੋਈ ਬੇਇਨਸਾਫੀ ਕੀਤੀ ਹੈ ਧੱਕਾ ਕੀਤਾ ਹੈ ਉਹਨਾਂ ਨੂੰ ਸਜ਼ਾਵਾਂ ਮਿਲ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਇਹ ਸਾਰੇ ਦਾ ਸਾਰਾ ਪ੍ਰਬੰਧ ਛੱਡਿਆ ਹੋਇਆ ਨਿਆਂਪਾਲਿਕਾ ਜੀ ਤੇ ਨਿਆਂਪਾਲਿਕਾ ਇੱਕ ਹੇਠਲੇ ਪੱਧਰ ਦੇ ਮੈਜਿਸਟ੍ਰੇਟ ਤੋਂ ਲੈ ਕੇ ਪੱਧਰ ਨਹੀਂ ਕਹਿ ਸਕਦਾ ਬਿਲਕੁਲ ਹੇਠਲੀ ਕੜੀ ਕਵਾਂਗੇ ਹੇਠਲੀ ਕੜੀ ਹੈ ਜਿਹੜੀ ਉਹ ਇੱਕ ਸਭ ਤੋਂ ਛੋਟਾ ਮੈਜਿਸਟ੍ਰੇਟ ਹੁੰਦਾ ਹੈ ਤੇ ਉਹਦਾ ਸਭ ਤੋਂ ਸਿਖਰ ਹੈ ਜਿਹੜਾ ਉਹ ਭਾਵੇਂ ਆਪਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਕਹਿ ਦਈਏ ਲੇਕਿਨ ਉਦੋਂ ਵੀ ਵੱਡਾ ਜਿਹਨੂੰ ਅਸੀਂ ਸੁਪਰੀਮ ਕੋਰਟ ਦਾ ਵੀ ਸੁਪਰੀਮ ਜੱਜ ਕਹਿ ਦਈਏ ਉਹ ਹੁੰਦਾ ਦੇਸ਼ ਦਾ ਰਾਸ਼ਟਰਪਤੀ ਜੀ। ਇਹ ਸਾਰਾ ਸਿਸਟਮ ਜਿਹੜਾ ਹੈਗਾ ਹੁਣ ਇਹ ਤਿੰਨ ਅੰਗ ਹੋ ਗਏ ਤਿੰਨ ਪਾਵੇ ਹੋ ਗਏ ਡੈਮੋਕਰੇਸੀ ਤੇ ਕੀ ਤਿੰਨੇ ਪਾਵੇ ਆਪਸ ਨੇ ਇਹਨਾਂ ਦਾ ਕੋਈ ਤਾਲਮੇਲ ਹੈ ਕੀ ਤਿੰਨੇ ਪਾਵੇ ਆਪੋ ਆਪਣੇ ਮੁਤਾਬਕ ਆਪਣੀਆਂ ਭੂਮਿਕਾਵਾਂ ਨਿਭਾ ਰਹੇ ਹੈ ਜਾਂ ਕਿਤੇ ਇਹਨਾਂ ਚ ਵੀ ਗੜਬੜ ਹੈ ਇਹਨਾਂ ਦੀ ਨਿਰਖ ਪਰਖ ਜਿਹੜੀ ਹੈਗੀ ਹੈ ਉਹਦੀ ਜ਼ਿੰਮੇਵਾਰੀ ਉਹ ਮੀਡੀਆ ਤੇ ਹੁੰਦੀ ਹੈ। ਇਹੀ ਕਾਰਨ ਹੈ ਕਿ ਮੀਡੀਆ ਨੂੰ ਡੈਮੋਕਰੇਸੀ ਦਾ ਚੌਥਾ ਥੰਮ ਚੌਥਾ ਪਾਵਾ ਚੌਥਾ ਪਿੱਲਰ ਜੋ ਮਰਜ਼ੀ ਹੈ ਕਹਿ ਲਓ ਤੁਸੀਂ ਇਹ ਉਹ ਹੁੰਦਾ ਹੈ। ਔਰ ਹੁਣ ਆਪਾਂ ਇਹ ਦੇਖੀਏ ਕਿ ਪੱਤਰਕਾਰਤਾ ਦੇ ਵਿੱਚ ਕੰਮ ਕਰਦਿਆਂ ਕਿੰਨਾ ਕੁਛ ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਬਹੁਤ ਸਾਰੇ ਭਰਾ ਮਿੱਤਰ ਪਿਆਰੇ ਆਲੋਚਕ ਵੀ ਸਾਡੇ ਉਹ ਅਕਸਰ ਇਹ ਸੋਚਦੇ ਹੋਣਗੇ ਤੇ ਕਹਿੰਦੇ ਵੀ ਹੋਣਗੇ ਤੇ ਬਹੁਤ ਸਾਰੇ ਕਹਿੰਦੇ ਵੀ ਹੈ ਕਿ ਪੱਤਰਕਾਰਾਂ ਨੂੰ ਬੜੀਆਂ ਮੌਜਾਂ ਹੁੰਦੀਆਂ
ਪੱਤਰਕਾਰ ਬੜੀਆਂ ਐਸ਼ੀਆਂ ਕਰਦੀ ਹੈ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਦੇਖਿਆ ਹੋਣਾ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਬਾਕੀ ਦੇਸ਼ ਦਾ ਤਾਂ ਨੀ ਪਤਾ ਪੰਜਾਬ ਦੇ ਵਿੱਚ ਇੱਕ ਟੁੱਟ ਕੇ ਚੱਲ ਰਹੀ ਹੈ ਜੀ ਕਿ ਮੈਂ ਪੱਤਰਕਾਰ ਬਣਾ ਜਦੋਂ ਕੁਛ ਨੀ ਬਣਦਾ ਮੈਂ ਪੱਤਰਕਾਰ ਬਣ ਜਾ ਮੇਰੀ ਰੋਟੀ ਰੋਟੀ ਚੱਲਣ ਲੱਗ ਜੂਗੀ ਮੇਰੀ ਸਰਕਾਰੀ ਦਰਬਾਰੇ ਪੁੱਛਗਿੱਛ ਹੋਣ ਲੱਗ ਜੂਗੀ ਸਮਾਜ ਦੇ ਵਿੱਚ ਮੈਨੂੰ ਮੌਜੂਦ ਬੰਦਾ ਸਮਝ ਪਾਊਗਾ ਤੇ ਮੈਨੂੰ ਲੁੱਟ ਸੁੱਟ ਦਾ ਲਾਇਸੈਂਸ ਬਣ ਮਿਲ ਜੂਗਾ ਜੇ ਮੈਂ ਪੱਤਰਕਾਰ ਬਣ ਜਾ ਇਹ ਗੱਲਾਂ ਵੀ ਅੱਜ ਕੱਲ ਚੱਲ ਰਹੀਆਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਬਿਲਕੁਲ ਮੈਂ ਉਹਨਾਂ ਪੱਤਰਕਾਰਾਂ ਚੋਂ ਹਾਂ ਜਾਂ ਮੇਰੀ ਇੱਕ ਸਮਝ ਇਹ ਬਣਦੀ ਹੈ ਕਿ ਜੇ ਤੁਸੀਂ ਠੀਕ ਤਰੀਕੇ ਦੇ ਨਾਲ ਆਪਦੀ ਪੱਤਰਕਾਰਤਾ ਦੇ ਉੱਤੇ ਪਹਿਰਾ ਦੇਣਾ ਤੁਸੀਂ ਸੋਚ ਚਾਹੁੰਦੇ ਹੋ ਕਿ ਜਿਸ ਤੁਹਾਡੀ ਸੋਚ ਹੈ ਕਿ ਤੁਸੀਂ ਜਿਸ ਸੰਸਥਾ ਦੇ ਨਾਲ ਜੁੜੇ ਹੋ ਉਹਦਾ ਉੱਚ ਸੋਚ ਹੈ ਜਿਹੜਾ ਉਹ ਬਰਕਰਾਰ ਰਹੇ ਜੀ ਤਾਂ ਘੱਟੋ ਘੱਟ ਸਾਨੂੰ ਆਪਣੀਆਂ ਕਮੀਆਂ ਪੇਸ਼ੀਆਂ ਦਾ ਇਕਵਾਲ ਕਰਨਾ ਪੈਣਾ ਉਹਨੂੰ ਮੰਨਣਾ ਪੈਣਾ ਕਿ ਸਾਡੇ ਵਿੱਚ ਵੀ ਆ ਕਮੀਆਂ ਪੇਸ਼ੀਆਂ ਹੈਗੀਆਂ ਜਿਵੇਂ ਬਾਕੀ ਸਮਾਜ ਹੈ ਬਾਕੀ ਸਮਾਜ ਦੇ ਵਿੱਚ ਵੀ ਤੁਸੀਂ ਦੇਖੋ ਕਿ ਲੀਡਰਾਂ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਆ ਔਰ ਕਮੀ ਪੇਸ਼ੀ ਨੀ ਹੈਗੀ ਇਹਨਾਂ ਦਿਨਾਂ ਦੇ ਵਿੱਚ ਸਾਡਾ ਸਮਾਜ ਬੜੀ ਤੇਜ਼ੀ ਨਾਲ ਗਿਰਾਵਟ ਵਾਲੇ ਪਾਸੇ ਨੂੰ ਜਾ ਰਿਹਾ ਨੈਤਿਕ ਤੌਰ ਤੇ ਵੀ ਨੈਤਿਕ ਤੌਰ ਤੇ ਬਹੁਤ ਹੀ ਅਸੀਂ ਤੇਜ਼ੀ ਨਾਲ ਨੀਚੇ ਨੂੰ ਜਾ ਰਹੇ ਹਾਂ ਕਿਉਂਕਿ ਪੱਤਰਕਾਰ ਵੀ ਸਮਾਜ ਵਿੱਚੋਂ ਆਉਂਦੇ ਹੈ ਤੇ ਸਮਾਜ ਦੇ ਵਿੱਚੋਂ ਹੀ ਪੁਲਿਸ ਵੀ ਆਉਂਦੀ ਹੈ ਸਮਾਜ ਦੇ ਵਿੱਚੋਂ MLA ਵੀ ਬਣਦੇ ਹੈ ਸਮਾਜ ਚੋਂ MP ਵੀ ਬਣਦੇ ਹੈ ਸੋ ਜਿਹੜਾ ਜੋ ਉਹਨਾਂ ਦਾ ਜਿਹੜੇ ਉਹਨਾਂ ਦੇ ਕੱਪੜੇ ਲਿਬੜੇ ਹੋਏ ਹੈ ਜੇ ਕਹਿ ਦਈਏ ਕਿ ਉਹਨਾਂ ਦੇ ਕੱਪੜੇ ਤਾਂ ਲਿਬੜੇ ਤੇ ਜਿਹੜੇ ਸਾਡੇ ਨਾਲ ਆਏ ਵੀ ਹੈ ਇਹ ਸਾਰੇ ਭਲੇ ਮਾਨਸ ਹੋਣਗੇ ਨਹੀਂ ਹੋਣਗੇ ਸਾਡੇ ਵਿੱਚ ਵੀ ਬਹੁਤ ਸਾਰੇ ਨਿਕੰਮੀ ਕਿਸਮ ਦੇ ਲੋਕ ਆ ਗਏ ਹੈ ਸਾਡੇ ਵਿੱਚ ਵੀ ਬੜੇ ਮੌਕਾ ਪ੍ਰਸਤ ਲੋਕ ਵੜ ਗਏ ਹੈ ਸਾਡੇ ਵਿੱਚ ਵੀ ਅਜਿਹੇ ਲੋਕ ਵੜ ਗਏ ਹੈ ਜਿਹਨਾਂ ਦਾ ਪੱਤਰਕਾਰਤਾ ਦੇ ਨਾਲ ਦੂਰ ਦਾ ਵਾਸਤਾ ਨਹੀਂ ਪਰ ਉਹ ਪੱਤਰਕਾਰ ਹੈ ਕਾਰਨ ਉਹਦਾ ਕੀ ਹੁੰਦਾ ਕਾਰਨ ਇਹ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਕੋਈ ਅਖਬਾਰ ਕਿਸੇ ਨੂੰ ਆਪਣਾ ਪੱਤਰਕਾਰ ਲਾਉਂਦਾ ਸੀ ਉਸ ਵੇਲੇ ਉਹਦੀ ਵਿਦਿਅਕ ਯੋਗਤਾ ਵੀ ਦੇਖੀ ਜਾਂਦੀ ਸੀ ਉਸ ਵੇਲੇ ਉਹਦਾ ਕਿਰਦਾਰ ਵੀ ਦੇਖਿਆ ਜਾਂਦਾ ਸੀ ਉਹਦਾ ਕਰੈਕਟਰ ਵੀ ਦੇਖਿਆ ਜਾਂਦਾ ਸੀ ਪੱਤਰਕਾਰ ਰੱਖਣ ਤੋਂ ਪਹਿਲਾਂ ਅਖਬਾਰਾਂ ਵਾਲੇ ਉਹਦੀ ਪੂਰੀ ਤਰ੍ਹਾਂ ਆਪਣੇ ਪੱਤਰ ਤੇ ਪੁੱਛ ਪੜਤਾਲ ਕਰਦੇ ਉਹਦੀ ਇਨਕੁਆਇਰੀ ਕਰਵਾਉਂਦੇ ਦੇਖਦੇ ਤੇ ਫਿਰ ਪੱਤਰਕਾਰ ਲਾਇਆ ਜਾਂਦਾ ਪਰ ਜਿਹੜੇ ਉਦੋਂ ਪੱਤਰਕਾਰ ਹੁੰਦੇ ਸੀਗੇ ਉਹਨਾਂ ਪੱਤਰਕਾਰਾਂ ਦੀ ਵਕਤ ਕੀ ਹੁੰਦੀ ਸੀ ਇਹਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਉਦੋਂ ਅਖਬਾਰ ਦੇ ਵਿੱਚ ਇੱਕ ਲਾਈਨ ਲੱਗੀ ਹੁੰਦੀ ਇੱਕ ਲਾਈਨ ਦੀ ਖਬਰ ਹੁੰਦੀ ਇੱਕ ਪਹਿਰੇ ਦੀ ਖਬਰ ਹੁੰਦੀ ਤਾਂ ਉਸ ਖਬਰ ਦਾ ਚੰਡੀਗੜ੍ਹ ਤੱਕ ਜਿਹੜਾ ਹੈ ਤਹਿਲਕਾ ਮੱਚ ਜਾਂਦਾ ਸੀ ਤੇ ਉਹਦੀਆਂ ਪੜਤਾਲਾਂ ਸ਼ੁਰੂ ਹੋ ਜਾਂਦੀਆਂ ਅਫਸਰ ਸਸਪੈਂਡ ਹੋ ਜਾਂਦੇ ਕਹਿੰਦੇ ਸੀ ਯਾਰ ਇਹ ਅਖਬਾਰ ਖਬਰ ਲੱਗ ਅੱਜ ਹੁਣ ਸਥਿਤੀ ਕੀ ਹੈ ਕਿ ਭਾਵੇਂ ਤੁਸੀਂ ਆਰਟੀਕਲਾਂ ਦੇ ਆਰਟੀਕਲ ਛਾਪੀ ਜਾਓ ਤੁਸੀਂ ਐਡੀਆਂ ਵੱਡੀਆਂ ਰਿਪੋਰਟਾਂ ਛਾਪੀ ਜਾਓ ਉਹਨਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕਾਰਨ ਉਹਦਾ ਇਹ ਹੈ ਕਿ ਇੱਕ ਤਾਂ ਸਾਡੇ ਵਿੱਚ ਮਾੜੇ ਬੰਦੇ ਆ ਗਏ ਉਹ ਮਾੜੀ ਭਾਵਨਾ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਪੱਤਰਕਾਰਤਾ ਜਿਹੜੀ ਹੈਗੀ ਪੱਤਰਕਾਰਤਾ ਉਹਨਾਂ ਦੀ ਇੱਕ ਰੋਜੀ ਰੋਟੀ ਦਾ ਸਾਧਨ ਕਹਿ ਲਈਏ ਜਿਹਨਾਂ ਲੋਕਾਂ ਨੇ ਬਣਾਇਆ ਹੋਇਆ ਫਿਰ ਉਹ ਉਹਦੇ ਮੁਤਾਬਕ ਚੱਲਦੇ ਹੈ ਨਿਰਪੱਖਤਾ ਵਾਲੀ ਜਿਹੜੀ ਗੱਲ ਹੈ ਉਹ ਹੈ ਨੀ ਤੇ ਅਗਲੀ ਗੱਲ ਕੀ ਹੈ ਜਿਹੜੀ ਸੁਖਨੈਬ ਜੀ ਮੈਂ ਕਹਿਣੀ ਚਾਹੂੰਗਾ ਕਿ ਜਿਵੇਂ ਅੱਗੇ ਭਾਵੇਂ ਅਕੈਡਮਿਕ ਪੜ੍ਹਾਈ ਪੱਤਰਕਾਰਾਂ ਦੀ ਘੱਟ ਹੁੰਦੀ ਸੀ ਪਰ ਉਹ ਸਮਾਜ ਦੇ ਵਿੱਚ ਰਹਿ ਕੇ ਕਈ ਚੀਜ਼ਾਂ ਅਜਿਹੀਆਂ ਸਿੱਖ ਲੈਂਦੇ ਸੀ ਕਿ ਉਹ ਆਪਣਾ ਕਿਰਦਾਰ ਬੜਾ ਉੱਚਾ ਕਰ ਲੈਂਦੇ ਉਹਨਾਂ ਦੀ ਜਿਹੜੀ ਬੁੱਧੀ ਬੜੀ ਤੀਖਣ ਹੋ ਜਾਂਦੀ ਸੀ ਮੈਂ ਤੁਹਾਨੂੰ ਇੱਥੇ ਦੱਸਾਂ ਕਿ ਅੱਜ ਕੱਲ੍ਹ ਦੇ ਪੱਤਰਕਾਰਾਂ ਦੀ ਸਥਿਤੀ ਕੀ ਹੈ ਮੈਂ ਹੁਣ ਕਿਸੇ ਅਖਬਾਰ ਦਾ ਨਾਂ ਨੀ ਲੈਂਦੇ ਮੇਰੇ ਇੱਕ ਐਡੀਟਰ ਮਿੱਤਰ ਨੇ ਮੈਨੂੰ ਦੱਸਿਆ ਕਿ ਇੱਕ ਵਾਰੀ ਕੀ ਹੋਇਆ ਇੱਕ ਬੰਦੇ ਨੇ ਪੱਤਰਕਾਰਤਾ ਦਾ ਡਿਪਲੋਮਾ ਹਾਸਲ ਕਰ ਲਿਆ ਤੇ ਉਹਨੇ ਅਖਬਾਰ ਨਾਲ ਪਹੁੰਚ ਕੀਤੀ ਕਿ ਜੇ ਮੈਂ ਤੁਹਾਨੂੰ ਆਪਦੀਆਂ ਰਿਪੋਰਟਾਂ ਭੇਜ ਦਿਆ ਕਰਾਂ ਮੈਂ ਤੁਹਾਨੂੰ ਆਪਣੇ ਆਰਟੀਕਲ ਭੇਜ ਦਿਆ ਕਰਾਂ ਕਿ ਤੁਸੀਂ ਮੇਰੇ ਆਰਟੀਕਲ ਛਾਪ ਦਿਓਗੇ ਅਖਬਾਰ ਵਾਲੇ ਕਹਿੰਦੇ ਜੀ ਕਿ ਪਾਏਦਾਰ ਹੋਣਗੇ ਤੇਰੇ ਆਰਟੀਕਲ ਹਕੀਕਤ ਦੇ ਨੇੜੇ ਹੋਣਗੇ ਤਾਂ ਅਸੀਂ ਜ਼ਰੂਰ ਛਾਪ ਦਿਆ ਕਰਾਂਗੇ ਪਹਿਲਾਂ ਠੀਕ ਹੈ ਜੀ ਆਪਦੇ ਆਰਟੀਕਲ ਵਗੈਰਾ ਇਹ ਤੋਂ ਪਹਿਲਾਂ ਕਿ ਲਗਾਤਾਰ ਭੇਜ ਦਿੱਤਾ ਬਾਬਾ ਗੁਰਦਿੱਤ ਸਿੰਘ ਕਾਮਾ ਘਾਟਾ ਮਾਰੂ ਵਾਲੇ ਆ ਜਿਹੜੇ ਉਹਨਾਂ ਦਾ ਕੋਈ ਦਿਵਸ ਆ ਗਿਆ ਉਹਨਾਂ ਦਾ ਮੇਰੇ ਖਿਆਲ ਬਲੀਦਾਨ ਦਿਵਸ ਆ ਗਿਆ ਜਿਸ ਦਿਨ ਉਹਨਾਂ ਨੇ ਆਖਰੀ ਸਾਹ ਲਿਆ ਜਾਂ ਉਹਨਾਂ ਦਾ ਜਨਮ ਦਿਨ ਵਗੈਰਾ ਸੀ ਉਹਦੇ ਤੇ ਉਹਨੇ ਆਰਟੀਕਲ ਲਿਖ ਕੇ ਭੇਜਤਾ ਆਰਟੀਕਲ ਬਾਬਾ ਗੁਰਦਿੱਤ ਸਿੰਘ ਕਾਮਾ ਘਾਟਾ ਮਾਰੂ ਬਾਰੇ ਲਿਖਿਆ ਹੈ ਤੇ ਉਹਦੇ ਵਿੱਚੋਂ ਸੱਜਣ ਲਿਖਦਾ ਕੀ ਹੈ ਉਹ ਕਹਿੰਦਾ ਵੀ ਜਦੋਂ ਬਾਬਾ ਗੁਰਦਿੱਤ ਸਿੰਘ ਕਾਮਾ ਘਾਟਾ ਮਾਰੂ ਬਜਬਜ ਦੀ ਘਾਟ ਦੇ ਉੱਤੇ ਅੰਗਰੇਜ਼ਾਂ ਦੇ ਨਾਲ ਦਸ ਪੰਜਾ ਲੈ ਰਿਹਾ ਸੀ ਲੋਹਾ ਲੈ ਰਿਹਾ ਸੀ ਉਦੋਂ ਕਹਿੰਦਾ ਫਿਰ ਜਿਹੜਾ ਹੈ ਉਹਦੇ ਤੇ ਕਹਿੰਦਾ ਵੀ ਸਾਡੇ ਮਿਹਰਬਾਨ ਹੋਏ ਬਾਬਾ ਬੁੱਢਾ ਜੀ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਕਹਿੰਦੇ ਆਸ਼ੀਰਵਾਦ ਦਿੱਤਾ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਵੀ ਧੰਨ ਬਾਬਾ ਗੁਰਦਿੱਤਾ ਜੋ ਮੰਗਿਆ ਸੋ ਦਿੱਤਾ
ਕਿੱਥੇ ਬਾਬਾ ਗੁਰਦਿੱਤ ਸਿੰਘ ਕਾਮਾ ਕਾਟਾ ਮਾਰੂ, ਕਿੱਥੇ ਕਿ ਬਾਬਾ ਗੁਰਦਿੱਤ ਸਿੰਘ ਧੰਨ ਬਾਬਾ ਗੁਰਦਿੱਤ ਜੋ ਮੰਗਿਆ ਸੋ ਦਿੱਤਾ, ਇਹ ਹੈ। ਹੁਣ ਜੇ ਅਸੀਂ ਇਸ ਕਿਸਮ ਦੀ ਪੱਤਰਕਾਰਤਾ ਕਵਾਂਗੇ, ਭਾਵੇਂ ਬੰਦੇ ਨੇ ਅਕੈਡਮਿਕ ਐਜੂਕੇਸ਼ਨ ਨੇ ਹਾਸਲ ਕੀਤੀ ਹੁੰਦੀ ਹੈ, ਪਰ ਅੱਜ ਕੱਲ ਅਕੈਡਮਿਕ ਐਜੂਕੇਸ਼ਨ ਦੇ ਵਿੱਚ ਵੀ ਕੀ ਹੁੰਦਾ, ਇਹਦੇ ਨਾਲ ਸਾਡਾ ਪੱਧਰ ਜ਼ਰੂਰ ਨੀਵਾ ਹੋਇਆ, ਬੜਾ ਨੀਵਾ ਹੋਇਆ। ਇਹਦੇ ਚ ਮੈਨੂੰ ਕੋਈ ਆਪਣਾ ਹਰਜ ਨੀ, ਕੋਈ ਮੈਨੂੰ ਸ਼ਿਕਵਾ ਨੀ, ਮੈਂ ਪ੍ਰਵਾਨ ਕਰਨ ਦੇ ਇਹਦੇ ਨਾਲ ਅਸੀਂ ਕੱਲਾ ਇਹ ਵੀ ਨੀ ਕਹਿ ਸਕਦੇ ਕਿ ਇਹ ਖਾਮੀ ਪੈਦਾ ਹੋ ਗਈ ਤਾਂ ਕੀ ਪੱਤਰਕਾਰਤਾ ਦਾ ਕੰਮ ਹੀ ਖਤਮ ਹੋ ਗਿਆ। ਤੁਸੀਂ ਦੁਨੀਆਂ ਦੇ ਇਤਿਹਾਸ ਦੇ ਉੱਤੇ ਦੇਖੋ, ਦੁਨੀਆਂ ਦੇ ਵਿੱਚ ਦੋ ਵੱਡੀਆਂ ਜੰਗਾਂ ਹੋਈਆਂ, ਹੁਣ ਤਾਂ ਤੀਜੀ ਵੱਡੀ ਜੰਗ ਦੇ ਖਤਰੇ ਮੰਡਰਾਉਣ ਲੱਗੇ ਹੋਏ ਇਸ ਵੇਲੇ ਦੁਨੀਆਂ ਦੇ ਵਿੱਚ। ਪਹਿਲਾਂ ਤਾਂ ਭਾਰਤ ਤੇ ਚੀਨ ਦੇ ਆ ਆਪਸ ਮੇ ਕਸ਼ਮਕਸ਼ ਕਾਫੀ ਸੀ, ਚਲੋ ਵਧੀਆ ਹੋਇਆ ਉਹਦੇ ਤੇ ਕੁਛ ਥੋੜਾ ਜਿਹਾ ਕੰਟਰੋਲ ਹੋ ਗਿਆ, ਕਾਬੂ ਪੈ ਗਿਆ, ਹਾਲਾਤ ਕੁਛ ਖੁਸ਼ਨਾਗਵਾਰ ਖੁਸ਼ਗਵਾਰ ਹੋਣ ਵਾਲੇ ਪਾਸੇ ਵਧ ਰਹੇ ਹੈ। ਲੇਕਿਨ ਇਸ ਵੇਲੇ ਜਿਹੜਾ ਹੈਗਾ, ਇੱਕ ਤਾਂ ਅਮੈਰੀਕਾ ਦਾ ਰਾਸ਼ਟਰਪਤੀ ਟਰੰਪ ਸਾਹਿਬ ਬਣ ਗਿਆ ਜੀ, ਬੰਦਾ ਉਹ ਬਹੁਤ ਸਿਆਣਾ ਹੈ, ਕਾਫੀ ਸਿਆਣਾ ਹੈ, ਮੈਂ ਇਨਵਰਟਿਡ ਕਮੇ ਚ ਕਹਿੰਦਾ ਵੀ ਸਿਆਣਾ ਹੈ, ਕਲੇਸ਼ ਉਹਨੇ ਵੀ ਸ਼ੁਰੂ ਕਰਤਾ ਆਪਦੇ ਘਰ ਤੋਂ ਲੈ ਕੇ ਹਰ ਪਾਸੇ ਹੀ, ਤੇ ਦੂਜੇ ਪਾਸੇ ਜਿਨ੍ਹਾਂ ਦੇ ਨਾਲ ਇਸ ਵੇਲੇ ਰੱਫੜ ਪਿਆ ਹੈ ਉਹ ਉਹਦੇ ਨਾਲ ਵੀ ਮਹਾਂ ਸਿਆਣਾ ਹੈ ਕੋਰੀਆ ਦਾ ਰਾਸ਼ਟਰਪਤੀ। ਜਿਸ ਤਰ੍ਹਾਂ ਕੋਰੀਆ ਨੇ ਹੁਣ ਤੁਹਾਡਾ ਕੀ ਕਵਾਂਗੇ ਆਪਾਂ ਹਾਈਡਰੋਜਨ ਬੰਬ ਦਾ ਤਜਰਬਾ ਕਰ ਲਿਆ ਔਰ ਉਹਨੂੰ ਮਿਜ਼ਾਈਲਾਂ ਚ ਫਿੱਟ ਕਰਨ ਵਾਲੇ ਪਾਸੇ ਕਰ ਲਿਆ, ਇਹ ਤੋਂ ਜਾਪਦਾ ਹੈ ਕਿ ਸੁੱਖ ਨੀ ਬਾਹਰ ਨੀ ਵਿਹੜੇ ਕੁੱਤੀਆਂ ਭੌਂਕਦੀਆਂ। ਦੋ ਜੰਗਾਂ ਅਸੀਂ ਦੇਖ ਸਕੇ ਹਾਂ, ਤੀਜੀ ਜੰਗ ਦਾ ਖਤਰਾ ਦੁਨੀਆਂ ਤੇ ਮੰਡਰਾ ਰਿਹਾ। ਪਹਿਲੀ ਜੰਗ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ, ਲੇਕਿਨ ਜੇ ਆਪਾਂ ਦੂਜੀ ਜੰਗ ਦੀ ਗੱਲ ਕਰੀਏ ਤਾਂ ਸੁਖਨੈਬ ਜੀ ਦੂਜੀ ਜੰਗ ਦੇ ਵਿੱਚ ਇੰਨੇ ਪੱਤਰਕਾਰ ਮਾਰੇ ਗਏ ਸੀ, ਉਹਨਾਂ ਦੀ ਤਾਦਾਦ ਜਿਹੜੀ ਆ ਸੈਂਕੜੇ ਚੱਲਦੀ ਹੈ। ਔਰ ਪੱਤਰਕਾਰ ਜਿਹੜੇ ਹੈਗੇ ਕਿੱਥੋਂ ਤੱਕ ਪੱਤਰਕਾਰ ਕਿਵੇਂ ਕੰਮ ਕਰਦੇ ਹੈ ਇਹਦੀ ਇੱਕ ਮਿਸਾਲ ਮੈਂ ਤੁਹਾਨੂੰ ਦੱਸਦਾ। ਇਹਦੀ ਮਿਸਾਲ ਇੱਕ ਇਹ ਹੈ, ਕਹਿੰਦੇ ਇੱਕ ਵਾਰੀ ਕਿਸੇ ਪੱਤਰਕਾਰ ਦੀ ਹਾਲਤ ਇੰਨੀ ਮਾੜੀ ਹੋ ਗਈ, ਉਹ ਜ਼ਖਮੀ ਹੋ ਗਿਆ ਕਿਸੇ ਘਟਨਾ ਕਰਨ ਦੇ ਵਿੱਚ, ਤੇ ਉਹਨੇ ਜਹਾਜ਼ ਉੱਡਿਆ ਸੀ ਤੇ ਉਸ ਜਹਾਜ਼ ਦੇ ਰਾਹੀਂ ਉਹਨੇ ਆਪਣੀ ਜਿਹੜੀ ਕੋਈ ਉਹਨੇ ਫੋਟੋ ਖਿੱਚੀ ਸੀ, ਪੱਤਰਕਾਰ ਫੋਟੋ ਜਰਨਲਿਸਟ ਸੀ, ਉਹਨੇ ਜਿਹੜੀ ਉਹ ਫੋਟੋ ਭੇਜਣੀ ਸੀ, ਉਹਦੇ ਲਈ ਸਭ ਤੋਂ ਵੱਡੀ ਗੱਲ ਸੀ ਕਿ ਮੇਰੀ ਫੋਟੋ ਧੁੱਪ ਜਾ ਜਾਵੇ। ਹਾਲਾਤ ਉਹਨੂੰ ਇਹ ਸੀ ਕਿ ਉਹ ਬੰਦਾ ਚੱਲ ਨਹੀਂ ਸਕਦਾ ਸੀ, ਲੇਕਿਨ ਬੜੇ ਦੁਖੀ ਹੋ ਕੇ ਉਹ ਬਹੁਤ ਅਣਸੁਖਾਵੀਆਂ ਪ੍ਰਸਥਿਤੀਆਂ ਦੇ ਵਿੱਚ ਨਿਕਲ ਕੇ ਹਵਾਈ ਅੱਡੇ ਤੇ ਪਹੁੰਚ ਜਾਂਦਾ ਹੈ, ਤੇ ਹਵਾਈ ਅੱਡੇ ਦੇ ਉੱਤੇ ਇੱਕ ਪਾਸੇ ਤਾਂ ਉਹ ਹੈਂਡ ਓਵਰ ਕਰਦਾ, ਕਹਿ ਲਓ ਜੀ ਮੇਰੀ ਕੈਸਟ ਆ ਲਓ, ਮੇਰੀ ਜਿਹੜੀ ਹੈਗੀ ਰੀਲ ਇਹ ਤੋਂ ਫੋਟੋ ਬਣਾ ਲਿਓ, ਤੇ ਨਾਲ ਦੀ ਨਾਲ ਪ੍ਰਾਣ ਤਿਆਗ ਦਿੰਦਾ ਹੈ। ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੱਤਰਕਾਰਤਾ ਵਾਲਾ ਜੋਖਮ ਕਿੱਡਾ ਵੱਡਾ ਜੋਖਮ ਹੈ, ਇਹ ਕੋਈ ਸੌਖੀ ਗੱਲ ਨਹੀਂ। ਔਰ ਜੇ ਅਸੀਂ ਭਾਰਤ ਦੇ ਸੰਦਰਭ ਦੇ ਵਿੱਚ ਵੀ ਦੇਖੀਏ ਤਾਂ ਭਾਰਤ ਦੀ ਆਜ਼ਾਦੀ ਦੀ ਲੜਾਈ ਹੈ ਜਿਹੜੀ, ਉਸ ਆਜ਼ਾਦੀ ਦੀ ਲੜਾਈ ਦੇ ਵਿੱਚ ਕਿੱਡਾ ਵੱਡਾ ਯੋਗਦਾਨ ਇੱਥੋਂ ਦੇ ਪੱਤਰਕਾਰਾਂ ਤੇ ਪੱਤਰਕਾਰਤਾ ਦਾ, ਇੱਥੋਂ ਦੇ ਅਖਬਾਰਾਂ ਦਾ, ਉਹਨੂੰ ਅਸੀਂ ਮਹਾਨ ਸਾਡੇ ਜਿਹੜੇ ਦੇਸ਼ ਭਗਤ ਹੈਗੇ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੂੰ ਛਕਿਆ ਕੇ ਨਹੀਂ ਦੇਖ ਸਕਦੇ, ਕਿਉਂਕਿ ਜਿਹੜੇ ਭਾਸ਼ਾਈ ਅਖਬਾਰ ਹੈ ਅੰਗਰੇਜ਼ੀ ਫਿਰ ਉਹਨੂੰ ਵਰਨੈਕੂਲਰ ਅਖਬਾਰ ਕਹਿ ਦਿੰਦੇ ਹੈ, ਵਰਨੈਕੂਲਰ ਅਖਬਾਰਾਂ ਨੇ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਜੋ ਚੇਤਨਾ ਪੈਦਾ ਕੀਤੀ ਤੇ ਉਸ ਚੇਤਨਾ ਤੋਂ ਫਿਰ ਚੱਲਦਿਆਂ ਦੇਸ਼ ਭਗਤਾਂ ਨੇ ਕਿੱਥੋਂ ਤੱਕ ਆਪਣੀਆਂ ਆਪਣਾ ਆਪ ਕੁਰਬਾਨ ਕੀਤਾ ਤੇ ਕਿੰਨੀਆਂ ਪੀੜੀਆਂ ਦੀਆਂ ਪੀੜੀਆਂ ਪੂਰਾ ਦੇ ਪੂਰ ਸਾਨੂੰ ਮਿਲੇ ਆਜ਼ਾਦੀ ਦੀ ਲੜਾਈ ਦੇ ਵਿੱਚ, ਜਿਨ੍ਹਾਂ ਨੇ ਯੋਗਦਾਨ ਪਾਉਣ ਵਾਸਤੇ ਉਹਨਾਂ ਨੂੰ ਛੁਟਿਆ ਕੇ ਨਹੀਂ ਦੇਖ ਸਕਦੇ। ਸਾਡੇ ਪੁਰਾਣੇ ਬੰਦੇ ਜਾਣਦੇ ਹੈ, ਤੁਸੀਂ ਕੈਨੇਡਾ ਜਾ ਕੇ ਆਏ, ਕਈ ਵਾਰੀ ਤੁਸੀਂ ਜਗ੍ਹਾ ਜ਼ਰੂਰ ਦੇਖੀ ਹੋਣੀ ਹੈ, ਅਮੈਰੀਕਾ ਦੇ ਵਿੱਚ ਸਾਡੇ ਬੰਦੇ ਗਏ ਆ, ਵੀ ਜਿੱਥੇ ਗਦਰੀ ਬਾਬਿਆਂ ਦੇ ਜਿਹੜੀ ਕਮਾਂਗੇ ਆਪਾਂ ਕਰਮ ਭੂਮੀ ਸੀ, ਔਰ ਗਦਰੀ ਬਾਬਿਆਂ ਦਾ ਕਰਮ ਭੂਮੀ ਜਿਹੜੀ ਗਦਰ ਲਹਿਰ ਬਣੀ, ਉਹ ਗਦਰ ਲਹਿਰ ਜਾਂ ਗਦਰ ਪਾਰਟੀ ਦਾ ਨਾਂ ਕਿਉਂ ਪਿਆ ਸੀ, ਕਿਉਂਕਿ ਉਹਨਾਂ ਨੇ ਇੱਕ ਅਖਬਾਰ ਕੱਢਿਆ ਸੀ ਜਿਸ ਅਖਬਾਰ ਦਾ ਨਾਂ ਸੀ ਗਦਰ। ਬਿਲਕੁਲ, ਤੇ ਗਦਰ ਅਖਬਾਰ ਨੇ, ਉਹ ਉਸ ਵੇਲੇ ਦੇ ਅਖਬਾਰਾਂ ਦੀ ਗੱਲ ਕਰੀਏ ਤਾਂ ਉਹ ਅਖਬਾਰ ਅੱਜ ਵਾਲੇ ਅਖਬਾਰ ਨਹੀਂ ਸੀ ਕਿ ਸਾਡੇ ਕੋਲ ਬਿਲਕੁਲ ਡਿਜੀਟਲ ਢੰਗ ਦੀਆਂ ਪ੍ਰਿੰਟਿੰਗ ਮਸ਼ੀਨਾਂ ਇਹਦੇ ਨਾਲ ਚੱਲਦੇ ਹੈ, ਉਦੋਂ ਉਹ ਅਖਬਾਰ ਸੈਕਲੋ ਸਟਾਈਲ ਕਰਕੇ ਤਿਆਰ ਕੀਤੇ ਜਾਂਦੇ ਸੀ, ਤੇ ਸੈਕਲੋ ਸਟਾਈਲ ਅਖਬਾਰ ਜਿਹੜੇ ਹੈਗੇ ਆ ਛਪਦੇ ਕਿਤੇ ਜੰਗਲਾਂ ਚ ਛਪਦੇ, ਜੇਕਰ ਉਹਨਾਂ ਦੇ ਕੁਛ ਹਿੱਸੇ ਜਾਂ ਅਮੈਰੀਕਾ ਚ ਕੈਨੇਡਾ ਚ ਛਪਦੇ ਤੇ ਉਹਨਾਂ ਨੂੰ ਸਾਰੀ ਦੁਨੀਆਂ ਦੇ ਵਿੱਚ ਪਹੁੰਚਾਇਆ ਜਾਂਦਾ ਸੀ, ਉਹਨਾਂ ਦਾ ਜੋ ਯੋਗਦਾਨ ਹੈ ਦੇਸ਼ ਦੀ ਜੰਗੇ ਆਜ਼ਾਦੀ ਦੇ ਵਿੱਚ ਅਸੀਂ ਘਟਾ ਕੇ ਨਹੀਂ ਦੇਖ ਸਕਦੇ। ਅੱਜ ਵੀ ਜੇ ਅਸੀਂ ਦੇਖੀਏ ਜੇ ਸਾਡੀ ਡੈਮੋਕ੍ਰੇਸੀ ਜਿਉਂਦੀ ਹੈ, ਹੁਣ ਮਿਸਾਲ ਦੇ ਤੌਰ ਤੇ ਤੁਸੀਂ ਦੇਖਣਾ ਹੋਵੇ ਕਿ 1975 ਦੇ ਵਿੱਚ 25 ਜੂਨ 1975 ਨੂੰ ਜਦੋਂ ਇਸ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੈ ਜੀ, ਤੇ ਉਸ ਐਮਰਜੈਂਸੀ ਦੇ ਰਾਹੀਂ ਸਾਰੇ ਦੇਸ਼ ਦੇ ਵਿੱਚ ਸੈਂਸਰਸ਼ਿਪ ਲਾਗੂ ਕਰਤੀ ਸੀ ਅਖਬਾਰਾਂ ਤੇ, ਤੇ ਅਖਬਾਰਾਂ ਨੇ ਉਸ ਵੇਲੇ ਇੱਕ ਨਵਾਂ
ਆਪਣਾ ਪ੍ਰੋਟੈਸਟ ਦਾ ਜਾਂ ਆਪਣੀ ਗੱਲ ਕਹਿਣ ਦਾ ਇੱਕ ਨਵਾਂ ਰਾਹ ਲੱਭਿਆ ਸੀ ਕਿ ਜਿਹੜੀ ਜਿਹੜੀਆਂ ਜਿੱਥੇ ਸੈਂਸਰ ਬੋਰਡ ਵਾਲੇ ਕਹਿੰਦੇ ਸੈਂਸਰ ਅਧਿਕਾਰੀ ਕਹਿੰਦੇ ਕਿ ਆਹ ਖਬਰ ਇਤਰਾਜ਼ ਹੋ ਗਏ, ਉਹ ਖਬਰ ਚੱਕ ਦਿੰਦੇ ਸੀ ਤੇ ਉਨੀ ਜਗ੍ਹਾ ਖਾਲੀ ਰਹਿ ਜਾਂਦੀ ਸੀ ਜੀ, ਤੇ ਜਿਹੜੇ ਇੰਪੋਰਟੈਂਟ ਖਬਰ ਹੁੰਦੀ ਸੀ ਉਹ ਖਬਰ ਵਾਲੀ ਥਾਂ ਤੇ ਲਿਖਦੇ ਸੀਗੇ ਸੈਂਸਰ ਦੀ ਪੇਠ, ਸੈਂਸਰ ਦੀ ਗਿਣਤੀ, ਉਥੋਂ ਪਤਾ ਲੱਗ ਜਾਂਦਾ ਸੀ ਕਿ ਇੱਥੇ ਕੋਈ ਇੰਪੋਰਟੈਂਟ ਖਬਰ ਹੈ। ਉਹਨਾਂ ਦਿਨਾਂ ਦੇ ਵਿੱਚ ਇੱਕ ਅਖਬਾਰ, ਅੱਜ ਵੀ ਅਖਬਾਰ ਚੱਲਦਾ, ਉਹਦੀ ਸ਼ਾਇਦ ਭਾਵੇਂ ਘੱਟ ਹੈ, ਇੰਡੀਅਨ ਐਕਸਪ੍ਰੈਸ ਹੁੰਦਾ ਸੀ, ਔਰ ਇੰਡੀਅਨ ਐਕਸਪ੍ਰੈਸ ਦੀ ਬਿਜਲੀ ਵੀ ਕੱਟਦੀ ਸੀ, ਇੰਦਰਾ ਗਾਂਧੀ ਨੇ ਕਟਵਾਤੀ ਸੀ। ਉਸ ਵੇਲੇ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਛਾਪਣ ਵਾਸਤੇ, ਮਸ਼ੀਨਾਂ ਨੂੰ ਚਲਾਉਣ ਵਾਸਤੇ ਟਰੈਕਟਰ ਨੂੰ ਇਸਤੇਮਾਲ ਕੀਤਾ ਗਿਆ ਸੀ, ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਹੋ ਜਿਹਾ ਕੁਛ ਹੈ, ਅਖਬਾਰਾਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ। ਪੰਜਾਬ ਦੇ ਸੰਦਰਭ ਚ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਜਿਸ ਵੇਲੇ ਖਾੜਕੂਬਾਜ਼ ਦਾ ਦੌਰ ਦੌਰਾ ਸੀ, ਉਸ ਵੇਲੇ ਅਖਬਾਰ ਵੀ ਦੋ ਹਿੱਸਿਆਂ ਚ ਵੰਡੇ ਗਏ ਸੀ, ਕੁਝ ਅਖਬਾਰ ਖਾੜਕੂਬਾਜ਼ ਦੇ ਪੱਖ ਹੋ ਗਏ ਸੀ, ਕੁਝ ਉਹਨਾਂ ਦੇ ਜੱਟਵੇ ਵਿਰੋਧ ਦੇ ਵਿੱਚ ਹੋ ਗਏ ਸੀ, ਲੇਕਿਨ ਉਸ ਵੇਲੇ ਵੀ ਕੁਝ ਪੱਤਰਕਾਰ ਅਜਿਹੇ ਸੀ, ਕੁਝ ਅਖਬਾਰਾਂ ਦੇ ਜਿਹੜੇ ਕਾਲਮ ਰਵੀਸ ਅਜਿਹੇ ਸੀ ਜਿਹੜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਤ ਕਰਦੇ ਸੀ। ਔਰ ਮੈਨੂੰ ਇਹ ਕਹਿਣ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਵੀ ਪੰਜਾਬ ਦੇ ਖਾੜਕੂਬਾਜ਼ ਦੇ ਯੁੱਗ ਦੇ ਵਿੱਚ ਵੀ ਪੱਤਰਕਾਰਾਂ ਨੂੰ ਦੋਨਾਂ ਪਾਸਿਆਂ ਤੋਂ ਮਾਰ ਦਾ ਸਾਹਮਣਾ ਕਰਨਾ ਪਿਆ ਸੀ, ਉਹਨਾਂ ਨੂੰ ਦੋਨਾਂ ਪਾਸਿਆਂ ਤੋਂ ਮਾਰ ਚੱਲਣੀ ਪਈ ਸੀ। ਔਰ ਉਹ ਮਾਰ ਚੱਲਦਿਆਂ ਚੱਲਦਿਆਂ ਅੱਜ ਅਸੀਂ ਦੇਖੀਏ ਤਾਂ ਸਾਡਾ ਜਿਹੜਾ ਹੈਗਾ ਪੰਜਾਬ ਦੇ ਪ੍ਰੈਸ ਕਹਿ ਲਈਏ, ਭਾਰਤ ਦਾ ਪ੍ਰੈਸ ਕਹਿ ਲਈਏ, ਇਹ ਵੀ ਦੁਨੀਆਂ ਦੇ ਵਿੱਚ ਇੱਕ ਬਹੁਤ ਨਵੇਕਲੀ ਸ਼ਾਹ ਹੈ, ਬਹੁਤ ਨਵੇਕਲੀ ਦੀ ਥਾਂ ਬਣੀ ਹੋਈ ਹੈ, ਇਹਦੀ ਸ਼ਾਨ ਜਿਹੜੀ ਹੈਗੀ ਉਹ ਸੋਸਾਇਟੀ ਨੂੰ ਮਿਲ ਰਹੀ ਹੈ। ਲੇਕਿਨ ਇਹਨਾਂ ਪ੍ਰਸਥਿਤੀਆਂ ਦੇ ਬਾਵਜੂਦ ਜੇ ਆਪਾਂ ਅੱਜ ਵੀ ਦੇਖੀਏ ਤਾਂ ਜਿੰਨਾ ਖਤਰਾ ਜੰਗੇ ਆਜ਼ਾਦੀ ਵੇਲੇ ਸੀ, ਜਿੰਨਾ ਖਤਰਾ ਖਾੜਕੂਵਾਦ ਵੇਲੇ ਸੀ, ਅੱਜ ਵੀ ਉਹ ਤੋਂ ਕਿਤੇ ਵੱਡਾ ਖਤਰਾ ਦੇਸ਼ ਦੇ ਪੱਤਰਕਾਰਾਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ, ਔਰ ਉਹਦਾ ਜਿਹੜਾ ਹੈਗਾ ਖਲੇਜਾ ਸਾਨੂੰ ਭੁਗਤਣਾ ਪੈ ਰਿਹਾ। ਅੱਜ ਤੁਸੀਂ ਦੇਖਿਆ ਹੋਣਾ ਕਿ ਇਤਿਹਾਸ ਦੇ ਵਿੱਚ ਮੇਰਾ ਖਿਆਲ ਹੈ ਵੀ ਅੱਜ ਦਾ ਜਿਹੜਾ ਦਿਨ ਹੈਗਾ 6 ਸਤੰਬਰ, ਇਸ 6 ਸਤੰਬਰ ਦੀ ਜੇ ਆਪਾਂ ਦੇਖੀਏ ਇਤਿਹਾਸ ਵਿੱਚ ਲਿਖਿਆ ਜਾਊ ਕਿ ਅੱਜ ਮੇਰਾ ਖਿਆਲ ਇੱਕ ਸਧਾਰਨ ਕਸਬੇ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦੇ ਵਿੱਚ ਪੱਤਰਕਾਰ ਸੜਕਾਂ ਤੇ ਨਿਕਲੇ ਹੈ ਤੇ ਪ੍ਰੈਸ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਅੱਜ ਮੁਜ਼ਾਹਰੇ ਕਰਨੇ ਪਏ ਹੈ। ਬਠਿੰਡੇ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਨੇ ਵੀ ਮੁਜ਼ਾਹਰਾ ਕੀਤਾ ਹੈ, ਚੰਡੀਗੜ੍ਹ, ਜਲੰਧਰ, ਪਟਿਆਲਾ, ਜਿੱਥੇ ਵੀ ਨਿਗਾਹ ਮਾਰੋ, ਔਰ ਇੰਡੀਆ ਗੇਟ ਦੇ ਉੱਤੇ ਵੀ ਕਾਫੀ ਵੱਡਾ ਮਤਲਬ ਜਿਹੜਾ ਹੈਗਾ ਪ੍ਰੋਟੈਸਟ ਹੋਇਆ, ਇਕੱਠ ਹੋਇਆ। ਇਹ ਕਿਉਂ ਹੋਇਆ? ਇਹਦਾ ਇੱਕ ਕਾਰਨ ਹੈ ਕਿਉਂਕਿ ਕੱਲ ਇੱਕ ਬਹੁਤ ਭਿਆਨਕ ਘਟਨਾ ਵਾਪਰੀ ਹੈ, ਇੱਕ ਬੜੀ ਹੋਣਹਾਰ ਬੀਬੀ, ਇੱਕ ਅਜਿਹੀ ਬੀਬੀ ਜਿਹੜੀ ਬੀਬੀ ਫਿਰਕਾ ਪ੍ਰਸਤੀ ਦੇ ਖਿਲਾਫ, ਜਿਹੜੀ ਬੀਬੀ ਸ਼ਾਵਨਵਾਦ ਦੇ ਖਿਲਾਫ, ਧਰਮ ਨਿਰਪੱਖਤਾ ਦੇ ਹੱਕ ਵਿੱਚ ਜਿਹੜੀ ਇੱਕ ਚਟਾਨ ਬਣ ਕੇ ਖੜੀ ਸੀ, ਉਹ ਬੀਬੀ ਕੱਲ ਸਾਡੇ ਵਿੱਚ ਨਹੀਂ ਰਹੀ, ਕਿਉਂਕਿ ਸਮੇਂ ਦੇ ਜਾਬਰਾਂ ਨੇ ਗੋਲੀਆਂ ਮਾਰ ਕੇ ਉਹਨੂੰ ਬੀਬੀ ਨੂੰ ਕਤਲ ਕਰਕੇ, ਭਾਵੇਂ ਉਹਦੀ ਜਵਾਨ ਨੂੰ ਹਮੇਸ਼ਾ ਵਾਸਤੇ ਬੰਦ ਕਰ ਦਿੱਤਾ, ਲੇਕਿਨ ਜਿਹੜੇ ਉਹਦੇ ਵਿਚਾਰ ਹੈ ਉਹਦੇ ਵਿਚਾਰ ਉਹ ਚਮਕਦੇ ਰਹਿਣਗੇ। ਤੇ ਉਹਨਾਂ ਵਿਚਾਰਾਂ ਦੀ ਅਸੀਂ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਬੀਬੀ ਗੌਰੀ ਲੰਕੇਸ਼ ਕੱਲ ਕਤਲ ਹੋਈ ਹੈ, ਅੱਜ ਤੱਕ ਮੈਨੂੰ ਨੀ ਪਤਾ ਸੀ ਕਿ ਗੌਰੀ ਲੰਕੇਸ਼ ਕੌਣ ਹੈ, ਮੇਰਾ ਖਿਆਲ ਸਾਡੇ ਬਹੁਤ ਸਾਰੇ ਪੱਤਰਕਾਰ ਹੈ, ਪੱਤਰਕਾਰਾਂ ਨੂੰ ਵੀ ਨੀ ਪਤਾ ਸੀ ਕਿ ਗੌਰੀ ਲੰਕੇਸ਼ ਕੌਣ ਹੈ, ਅਜੇ ਤੱਕ ਡਿਟੇਲ ਆਉਣੀ ਹੈ ਕਿ ਉਹ ਕੌਣ ਸੀ, ਲੇਕਿਨ ਜਿੰਨੀ ਕੁ ਵੀ ਡਿਟੇਲ ਆਈ ਹੈ ਉਸ ਡਿਟੇਲ ਨੇ ਇਕੱਲਾ ਪੱਤਰਕਾਰ ਭਾਈਚਾਰਾ ਨੀ ਸਗੋਂ ਧਰਮ ਨਿਰਪੱਖ ਧਿਰਾਂ ਨੂੰ ਇੰਨਾ ਤਕੜਾ ਝਟਕਾ ਦਿੱਤਾ ਹੈ ਕਿ ਅੱਜ ਭਾਰਤ ਦੇ ਵਿੱਚ ਮੈਂ ਸਮਝਦਾ ਕਿ ਡੈਮੋਕ੍ਰੇਸੀ ਨੂੰ ਬਚਾਉਣ ਦੀ ਇੱਕ ਨਵੀਂ ਜੰਗ ਹੈ ਜਿਹੜੀ ਉਹ ਸ਼ੁਰੂ ਹੋਈ ਹੈ। ਜੀ ਬਿਲਕੁਲ, ਜੀ ਬਿਲਕੁਲ, ਤੁਸੀਂ ਦਰੁਸਤ ਇਹ ਗੱਲ ਆਖੀ ਕਿ ਗੌਰੀ ਹੋਰਾਂ ਦੀ ਬੇਸ਼ੱਕ ਸਾਨੂੰ ਕਿਸੇ ਨੂੰ ਕੋਈ ਖਬਰ ਨਹੀਂ ਸੀ, ਕੋਈ ਪਤਾ ਨਹੀਂ ਸੀ, ਉਹ ਕੰਨੜ ਦੇ ਵਿੱਚ ਉਹ ਲਿਖਦੇ ਸੀ, ਔਰ ਲੰਕੇਸ਼ ਪੱਤਰਿਕਾ ਜਾਂ ਗੌਰੀ ਪੱਤਰਿਕਾ ਉਹਨਾਂ ਦਾ ਅਖਬਾਰ ਸੀ ਜਿਹੜਾ ਉਹ ਉੱਥੇ ਚੱਲਦਾ ਸੀ, ਸਾਡੇ ਅਸੀਂ ਪੜ੍ਹਨ ਵਾਲੇ ਨੇ, ਉਹ ਸਾਡੀ ਪਹੁੰਚ ਉੱਥੋਂ ਤੱਕ ਨਹੀਂ ਸੀ, ਪਰ ਜਿਹੜੀ ਉਹਦੀ ਸੋਚ ਹੈ ਹਿੰਦੂਵਾਦੀ ਤਾਕਤਾਂ ਦੇ ਵਿਰੁੱਧ ਸੀ, ਔਰ ਇਸ ਲਿਖਣ ਕਰਕੇ ਬੇਸ਼ੱਕ ਉਹਨੂੰ ਖਮਿਆਜਾ ਭੁਗਤਣਾ ਵੀ ਪਿਆ, ਜੇਲ੍ਹ ਵੀ ਜਾਣਾ ਪਿਆ, ਔਰ ਇੱਕ ਪੁਰਾਣਾ ਮਾਮਲਾ ਸੀ ਜਿਹੜੇ ਦੇ ਵਿੱਚ ਉਹਨੇ ਸਿੱਧਾ ਬੀਜੇਪੀ ਦੇ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਸਿੱਧੀ ਟੱਕਰ ਵੀ ਲਈ ਸੀ, ਉਹੋ ਜਿਹੇ ਬਹੁਤ ਸਾਰੀਆਂ ਚੀਜ਼ਾਂ ਹਜੇ ਬਾਹਰ ਆਉਣੀਆਂ ਬਾਕੀ ਨੇ। ਪਰ ਢਿੱਲੋਂ ਸਾਹਿਬ ਗੱਲ ਇਹੀ ਹੈ ਕਿ ਸਰੋਤੇ ਪਾਠਕ ਹੈ ਜਿਹੜੇ ਉਹ ਕਿੰਨਾ ਕੁ ਨਾਲ ਖੜਦੇ ਹੈ ਮੀਡੀਆ ਕਰਮੀਆਂ ਦੇ ਜਦੋਂ ਉਹਨਾਂ ਦੇ ਉੱਤੇ ਪੈ ਜਾਂਦੀ ਹੈ, ਬੇਸ਼ੱਕ ਉਹ ਕੋਈ ਅਦਾਲਤ ਦਾ ਮਾਮਲਾ ਹੋਵੇ ਤੇ ਬੇਸ਼ੱਕ ਇਹੋ ਜਿਹੀ ਘਟਨਾ ਹੋਵੇ। ਦੇਖੋ ਜੇ ਆਪਾਂ ਹੁਣ ਗੱਲ ਕਰੀਏ ਸੁਖਦੇਵ ਜੀ, ਮੇਰੀ ਸਮਝ ਇਹ ਹੈ ਕਿ ਜਿਹੜੇ ਲੋਕ ਸੁਚੇਤ ਹੈ, ਕਿਉਂਕਿ ਸੁਚੇਤ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ,
ਜਿਹੜੇ ਅਚੇਤ ਲੋਕ ਹੈ ਜਿਹਨਾਂ ਲੋਕਾਂ ਨੂੰ ਭੇਡਾਂ ਬੱਕਰੀਆਂ ਬਣਾ ਛੱਡਿਆ ਸਿਆਸਤਦਾਨਾਂ ਨੇ ਬਾਬਿਆਂ ਨੇ, ਉਹਨਾਂ ਤੋਂ ਅਸੀਂ ਬਹੁਤੀ ਆਸ ਨਹੀਂ ਰੱਖ ਸਕਦੇ ਕਿਉਂਕਿ ਉਹਨਾਂ ਵਿਚਾਰਿਆਂ ਨੂੰ ਤਾਂ ਆਪ ਨੀ ਪਤਾ ਜਿਹਨਾਂ ਨੂੰ ਬਾਬੇ ਵੇਚੀ ਜਾਂਦੇ ਹੈ, ਜਿਹਨਾਂ ਨੂੰ ਸਿਆਸਤਦਾਨ ਵੇਚੀ ਜਾਂਦੇ ਹੈ, ਜਿਹਨਾਂ ਨੂੰ ਘੜਮ ਚੌਧਰੀ ਵੇਚੀ ਜਾਂਦੇ, ਉਹਨਾਂ ਤੋਂ ਕੋਈ ਆਸ ਨਹੀਂ ਰੱਖ ਸਕਦੇ। ਲੇਕਿਨ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਸੁੱਚੇ ਲੋਕਾਂ ਦੀ, ਆਮ ਲੋਕਾਂ ਦੀ, ਆਮ ਪਾਠਕਾਂ ਦੀ, ਸੁਚੇਤ ਲੋਕ ਜਿਹੜੇ ਹੈਗੇ ਉਹ ਬੜਾ ਮੀਡੀਆ ਦਾ ਇਹੋ ਜਿਹੇ ਕੰਮਾਂ ਦੇ ਵਿੱਚ ਸਾਥ ਦਿੰਦੇ ਹੈ। ਅੱਜ ਹੁਣ ਅਸੀਂ ਜਦੋਂ ਬਠਿੰਡੇ ਪ੍ਰੋਟੈਸਟ ਕਰਨ ਬਾਰੇ ਸੋਚ ਰਹੇ ਸੀ, ਪਲੈਨਿੰਗ ਬਣ ਗਈ ਬਠਿੰਡਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨਾਲ ਗੱਲਬਾਤ ਹੋਈ, ਨਵੇਂ ਮੁੰਡੇ ਆ ਉਹਨਾਂ ਨੇ ਉਦਮ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ, ਬਾਜ਼ਾਰਾਂ ਜਾਣਾ ਚਾਹੀਦਾ, ਔਰ ਬਾਜ਼ਾਰਾਂ ਜਾਣ ਤੋਂ ਬਾਅਦ ਸਾਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੈਮੋਰੈਂਡਮ ਦੇਣਾ ਚਾਹੀਦਾ। ਤਾਂ ਉਸੇ ਵੇਲੇ ਕੁਝ ਰੋਸ਼ਨ ਦਿਮਾਗਾਂ ਨੇ ਪਹੁੰਚ ਕੀਤੀ ਮੀਡੀਆ ਕਰਮੀਆਂ ਤੱਕ, ਸਾਡੇ ਪ੍ਰੈਸ ਕਲੱਬ ਤੱਕ, ਕਿ ਅਸੀਂ ਵੀ ਤੁਹਾਡੇ ਇਸ ਜਿਹੜਾ ਹੈਗਾ ਅੰਦੋਲਨ ਹੈ, ਇਹ ਸ਼ਾਂਤਮਈ ਅੰਦੋਲਨ ਹੈ, ਇਹ ਤੁਹਾਡਾ ਪ੍ਰੋਟੈਸਟ ਹੈ, ਇਹਦੇ ਵਿੱਚ ਸ਼ਾਮਿਲ ਹੋਣ ਨੂੰ ਤਿਆਰ ਹਾਂ। ਪੁਰਾਣੇ ਬੰਦਿਆਂ ਚੋਂ, ਕਿਉਂਕਿ ਮੈਨੂੰ ਥੋੜਾ ਬਹੁਤਾ ਪ੍ਰੈਸ ਕਲੱਬ ਨੂੰ ਬਣਾਉਣ ਦੇ ਵਿੱਚ, ਇਹਨੂੰ ਚਲਾਉਣ ਦੇ ਵਿੱਚ ਜ਼ਿਆਦਾ ਭਾਗ ਲੈਣਾ ਪਿਆ, ਇਸ ਕਰਕੇ ਨਵੇਂ ਮੁੰਡੇ ਸੀ, ਸ਼ਾਇਦ ਤੁਸੀਂ ਖੜੇ ਸੀ ਉਦੋਂ ਉਹਨਾਂ ਦਾ ਫੋਨ ਆਇਆ, ਝੰਡਾ ਨੀ ਲੈ ਕੇ ਆਉਂਦੇ, ਕੋਈ ਮਾਟੋ ਨੀ ਲੈ ਕੇ ਆਉਂਦੇ, ਅਸੀਂ ਕੋਈ ਨਾਰਾ ਨੀ ਲਾਵਾਂਗੇ, ਅਸੀਂ ਤੁਹਾਡੇ ਨਾਲ ਹੀ ਸ਼ਾਮਿਲ ਹੋਵਾਂਗੇ। ਤੇ ਮੈਨੂੰ ਸੋਚਣਾ ਪਿਆ ਵੀ ਕੀ ਅਸੀਂ ਸਹਿਯੋਗ ਲਈਏ ਜਾਂ ਨਾ ਲਈਏ, ਲੇਕਿਨ ਅਖੀਰ ਦੇ ਵਿੱਚ ਫੈਸਲਾ ਇਹੀ ਹੋਇਆ ਕਿ ਨਹੀਂ, ਉਹ ਜੇ ਸਾਡੀ ਇਮਦਾਦ ਕਰਦੇ ਆ ਉਹ ਆਪਣੇ ਪਲੇਟਫਾਰਮ ਤੋਂ ਖੜ ਕੇ ਬਿਆਨਬਾਜ਼ੀ ਕਰ ਸਕਦੇ ਆ, ਉਹ ਆਪਣੇ ਪਲੇਟਫਾਰਮ ਤੋਂ ਜਲਸੇ ਜਲੂਸ ਮਜਾ ਰਹੇ ਆ ਜੋ ਮਰਜ਼ੀ ਕਰਨ, ਲੇਕਿਨ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੋਰਦੇ ਹਾਂ ਤਾਂ ਫਿਰ ਇਹ ਇਲਜ਼ਾਮ ਲੱਗੂਗਾ ਕਿ ਇਹ ਪੱਤਰਕਾਰਾਂ ਨੂੰ ਫਲਾਂ ਫਲਾਂ ਬੰਦੇ ਹੈ ਜਾਂ ਫਲਾਂ ਫਲਾਂ ਧਿਰਾਂ ਹੈ, ਫਲਾਨੀਆਂ ਪੋਲੀਟੀਕਲ ਪਾਰਟੀਆਂ, ਆਹ ਤਾਕਤਾਂ ਜਿਹੜੀਆਂ ਇਹਨਾਂ ਨੂੰ ਉਂਗਲ ਲਾਉਂਦੇ ਤੇ ਇਹ ਉਹਨਾਂ ਦੇ ਚੱਕੇ ਹੋਏ ਕਰਦੇ ਆ ਸਰਕਾਰ ਦੇ ਖਿਲਾਫ਼ ਜਾਂ ਸਾਰਾ ਕੁਛ। ਹਾਲਾਂਕਿ ਸਾਡਾ ਪ੍ਰੋਟੈਸਟ ਸਰਕਾਰ ਦੇ ਖਿਲਾਫ਼ ਨਹੀਂ, ਸਾਡਾ ਪ੍ਰੋਟੈਸਟ ਹੈ ਜਿਹੜਾ ਜ਼ੁਲਮ ਦੇ ਖਿਲਾਫ਼ ਸੀ। ਤਾਂ ਜੇ ਆਪਾਂ ਕਹੀਏ ਕਿ ਸਮਾਜ ਦੇ ਵਿੱਚ ਸਹਿਯੋਗ ਨਹੀਂ ਮਿਲਦਾ, ਸਮਾਜ ਦੇ ਵਿੱਚ ਜਿਹੜੇ ਅਗਾਂਹ ਵਧੂ ਹਲਕੇ ਹੈ, ਜਿਹੜੇ ਸੁਚੇਤ ਹਲਕੇ ਹੈ, ਉਹਨਾਂ ਚੋਂ ਸਾਨੂੰ ਸਹਿਯੋਗ ਮਿਲਦਾ। ਜੇ ਤੁਸੀਂ ਸਹਿਯੋਗ ਦੀ ਗੱਲ ਕਰੋ ਤਾਂ ਮੈਂ ਤੁਹਾਡੇ ਨਾਲ ਇੱਕ ਰਾਜ ਸਾਂਝਾ ਕਰਨਾ ਚਾਹੁੰਦਾ, ਤਾਂ ਰਾਜ ਜਿਹੜੇ ਹੁਣ ਤਾਂ ਬਹੁਤ ਸਾਰੇ ਥਾਵਾਂ ਤੇ ਆ ਵੀ ਗਿਆ, ਲੇਕਿਨ ਸਾਡੇ ਬਹੁਤੇ ਸਰੋਤਿਆਂ ਨੂੰ ਜਿਹੜੇ ਵਿਦੇਸ਼ਾਂ ਚ ਬੈਠੇ ਉਹਨਾਂ ਨੂੰ ਨਹੀਂ ਪਤਾ ਹੋਣਾ। ਇਹ ਡੇਰਾ ਮੁਖੀ ਦਾ ਮਾਮਲਾ ਅੱਜ ਕੱਲ ਬਹੁਤ ਪਖਿਆ ਹੋਇਆ ਹੈ। ਡੇਰਾ ਮੁਖੀ ਦੇ ਖਿਲਾਫ਼ ਜਿਹੜੀ ਸਭ ਤੋਂ ਪਹਿਲੇ ਹੀ ਆਪਾਂ ਗੱਲ ਕਹੀਏ, ਗੱਲ ਸਾਹਮਣੇ ਆਈ ਸੀ ਉਹ 2002 ਦੇ ਲਾਗੇ ਚਾਗੇ, ਜਿਹਨੂੰ 1997-98 ਦੇ ਵਿੱਚ ਘੁਸਰ ਮੁਸਰ ਤਾਂ ਪਹਿਲਾਂ ਹੋਣੀ ਸ਼ੁਰੂ ਹੋ ਗਈ ਸੀ, ਲੇਕਿਨ ਉਹਨਾਂ ਸਮੇਂ ਦੇ ਵਿੱਚ ਇੱਕ ਚਿੱਠੀ ਬਾਹਰ ਆਈ ਸੀ, ਉਹ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖੀ ਸੀ, ਔਰ ਉਸ ਚਿੱਠੀ ਦੀ ਕਾਪੀ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਸੀਗੀ। ਤਾਂ ਸਭ ਤੋਂ ਪਹਿਲਾਂ ਉਸ ਚਿੱਠੀ ਨੂੰ ਜੇ ਕਿਸੇ ਅਖਬਾਰ ਨੇ ਪ੍ਰਕਾਸ਼ ਕੀਤਾ ਸੀ ਤਾਂ ਉਹ ਸਿਰਸੇ ਤੋਂ ਨਿਕਲਦਾ ਸੀ ਪੂਰਾ ਸੱਚ ਅਖਬਾਰ, ਔਰ ਪੂਰਾ ਸੱਚ ਅਖਬਾਰ ਜਿਹੜਾ ਹੈਗਾ ਮੇਰਾ ਖਿਆਲ ਹੈ ਇਹਦਾ ਲੋਕਾਂ ਨੂੰ ਪਤਾ ਉਦੋਂ ਲੱਗਿਆ ਆਸੇ ਪਾਸੇ ਜਦੋਂ ਉਹਦੇ ਸੰਪਾਦਕ ਰਾਮ ਚੰਦਰ ਛਤਰਪਤੀ ਦਾ ਕਤਲ ਹੋ ਗਿਆ ਸੀ। ਰਾਮ ਚੰਦਰ ਛਤਰਪਤੀ ਦਾ ਕਤਲ ਕਿਉਂ ਹੋਇਆ? ਕਿਉਂਕਿ ਰਾਮ ਚੰਦਰ ਛਤਰਪਤੀ ਨੇ ਇਹ ਹੌਸਲਾ ਕੀਤਾ ਸੀ ਕਿ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ, ਜਿਹੜੀਆਂ ਸਾਧਵੀਆਂ ਡੇਰੇ ਦੇ ਅੰਦਰ ਬੈਠੀਆਂ, ਜਿਨ੍ਹਾਂ ਦਾ ਦਮ ਘੁੱਟ ਰਿਹਾ, ਜਿਨ੍ਹਾਂ ਦੇ ਸਿਰਾਂ ਦੇ ਉੱਤੇ 24 ਘੰਟੇ ਤਲਵਾਰ ਲਟਕਾਈ ਹੋਈ ਹੈ, ਕਿ ਅਗਰ ਤੁਸੀਂ ਸਾਹ ਕੱਢਿਆ ਕਿਸੇ ਦੇ ਨਾਲ ਇਹ ਰਾਜ ਸਾਂਝਾ ਕੀਤਾ ਤਾਂ ਤੁਹਾਡਾ ਤਾਂ ਕਤਲ ਹੋਣਾ ਹੀ ਹੋਣਾ ਤੇ ਮਾਪੇ ਵੀ ਤੁਹਾਡੇ ਨਹੀਂ ਬਚਣਗੇ। ਉਦੋਂ ਇੱਕ ਗੁੰਮਨਾਮ ਚਿੱਠੀ ਜਿਹੜੀ ਹੈ ਉਹ ਬਾਹਰ ਨਿਕਲ ਆਵੇ ਤੇ ਉਹਨੂੰ ਕੋਈ ਅਖਬਾਰ ਪ੍ਰਕਾਸ਼ ਕਰੇ, ਖਾਲਾ ਜੀ ਦਾ ਬਾੜਾ ਨੀ, ਇਹਦੀ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਹੈ। ਕਿ ਤੁਸੀਂ ਦੇਖਿਆ ਹੋਣਾ ਛਤਰਪਤੀ ਨੂੰ ਇਹਦੀ ਕੀਮਤ ਦੇਣੀ ਪਈ ਸੀ, ਛਤਰਪਤੀ ਨੂੰ ਗੋਲੀਆਂ ਮਾਰੀਆਂ ਗਈਆਂ, ਛਤਰਪਤੀ ਗੰਭੀਰ ਜ਼ਖਮੀ ਹੋਇਆ, 28 ਦਿਨ ਪੂਰੇ 4 ਹਫ਼ਤੇ ਉਹ ਬੰਦਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ। ਔਰ ਕਿੱਡੀ ਵੱਡੀ ਤਾਕਤ ਸੀ ਡੇਰਾ ਮੁਖੀ, ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਉਸ ਵੇਲੇ ਦੀ ਸਰਕਾਰ ਨੇ ਜਾਂ ਉਸ ਵੇਲੇ ਦੀ ਪੁਲਿਸ ਨੇ ਉਹ ਵਾਰ ਵਾਰ ਕੂਕ ਰਿਹਾ, ਉਹ ਇਲਜ਼ਾਮ ਲਾ ਰਿਹਾ ਕਿ ਮੈਨੂੰ ਡੇਰਾ ਮੁਖੀ ਨੇ ਕਤਲ ਕਰਵਾਇਆ, ਔਰ ਇਹਦਾ ਕਾਰਨ ਹੈ ਜਿਹੜਾ ਇਹਦਾ ਆਹ ਕਾਰਨ ਹੈ ਕਿਉਂਕਿ ਮੈਂ ਉਹਦੀ ਖਬਰ ਛਾਪੀ ਸੀ, ਮੋਟਿਵ ਕਲੀਅਰ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਪੁਲਿਸ ਨੇ ਉਹਦਾ ਬਿਆਨ ਦਰਜ ਨਹੀਂ ਸੀ ਕੀਤਾ,
ਉਹਦੇ ਤੇ ਜਿਹੜਾ ਨਾਮਜ਼ਦ ਕਰਨਾ ਸੀ ਡੇਰਾ ਮੁਖੀ ਨੂੰ ਉਹਦਾ ਜ਼ਿਕਰ ਤੱਕ ਨਹੀਂ ਸੀ ਕੀਤਾ। ਤਾਂ ਉਸ ਵੇਲੇ ਛਤਰਪਤੀ ਦੇ ਜੇ ਪਰਿਵਾਰ ਦੀ ਹਾਲਤ ਦੇਖੀਏ ਤਾਂ ਬੇਟਾ ਸੀ ਇੱਕ ਅੰਸ਼ਲ ਛਤਰਪਤੀ, ਅੱਜ ਵੀ ਹੈਗਾ ਮੁੰਡਾ, ਉਹ ਨੌਜਵਾਨ ਹੁਣ ਤਾਂ ਪੂਰਾ ਆਪਣੇ ਬਾਪ ਦਾ ਸ਼ੁਰੂ ਕੀਤਾ ਹੋਇਆ ਜਿਹੜਾ ਲੋਕਲ ਅਖਬਾਰ ਹੈ ਛੋਟਾ ਅਖਬਾਰ ਉਹਨੂੰ ਚਲਾ ਰਿਹਾ। ਆਮ ਤੌਰ ਤੇ ਛੋਟੇ ਅਖਬਾਰਾਂ ਬਾਰੇ ਪ੍ਰਭਾਵ ਇਹ ਬਣਿਆ ਹੁੰਦਾ ਲੋਕਾਂ ਦੇ ਵਿੱਚ ਕਿ ਅਖਬਾਰ ਤਾਂ ਜੀ ਉਹੀ ਹੁੰਦਾ ਹੈ ਜਿਹੜਾ ਵੱਡਾ ਅਖਬਾਰ ਹੋਵੇ ਜਾਂ ਅੰਗਰੇਜ਼ੀ ਦੇ ਅਖਬਾਰ ਹੋਵੇ, ਪੁੱਛ ਪੜਤਾਲ ਇਹਨਾਂ ਦੀ ਹੁੰਦੀ ਹੈ ਤੇ ਦੂਜੇ ਅਖਬਾਰਾਂ ਨੂੰ ਪੁੱਛਦਾ ਕੋਈ। ਪਰ ਮੈਨੂੰ ਸੁਖਨੈਬ ਜੀ ਇਹ ਕਹਿਣ ਦੇ ਵਿੱਚ ਫਖਰ ਹੈ ਕਿ ਮੈਂ ਮਾਣ ਮਹਿਸੂਸ ਕਰਦਾ ਕਿ ਜੇ ਤੁਹਾਡੀ ਕਲਮ ਚ ਦਮ ਹੋਵੇ, ਤੁਹਾਡੀ ਜਿਹੜੀ ਤੁਸੀਂ ਲਿਖ ਰਹੇ ਹੋ ਤੁਹਾਡੀ ਲਿਖ ਦਮਦਾਰ ਹੋਵੇ, ਤੁਹਾਡੀ ਲਿਖਤ ਦੇ ਪਿੱਛੇ ਸੱਚਾਈ ਖੜੀ ਹੋਵੇ ਤੇ ਤੁਸੀਂ ਸੱਚਾਈ ਨੂੰ ਪ੍ਰੋਜੈਕਟ ਕਰੋ। ਅਖਬਾਰ ਭਾਵੇਂ ਛੋਟਾ ਹੀ ਹੋਵੇ ਲੋਕ ਸੋਧਾ ਵੀ ਲਿਆ ਜਾਂਦਾ ਹੈ। ਛਤਰਪਤੀ ਦਾ ਨਾਂ ਹੁਣ ਲੋਕ ਜਾਣਦੇ ਆ, ਪੂਰਾ ਸੱਚ ਕੋਈ ਜਾਣਦਾ ਹੀ ਨਹੀਂ ਸੀ ਕਿ ਪੂਰਾ ਸੱਚ ਨਾਂ ਦਾ ਅਖਬਾਰ ਕੀ ਹੈ। ਬਿਲਕੁਲ, ਲੇਕਿਨ ਉਸ ਪੂਰੇ ਸੱਚ ਦਾ ਨਾਂ ਅੱਜ ਪੂਰੀ ਦੁਨੀਆਂ ਚ ਹੈ। 25 ਅਗਸਤ ਨੂੰ ਜਦੋਂ ਡੇਰਾ ਮੁਖੀ ਨੂੰ ਕਨਵਿਕਟ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਟੀਵੀ ਚੈਨਲਾਂ ਦੇ ਵਿੱਚ ਚੱਲ ਪਈ ਸੀ, ਪੱਟੀ ਚੱਲ ਪਈ ਸੀ ਕਿ ਉਹ ਛਤਰਪਤੀ ਵੀ ਸੀਗਾ। ਜਿਸ ਵੇਲੇ 28 ਤਾਰੀਖ ਨੂੰ 20 ਸਾਲਾਂ ਦੀ ਕੈਦ ਹੋਈ, ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਕੋਈ ਚੈਨਲ ਦੇਸੀ ਵਿਦੇਸੀ ਚੈਨਲ ਨਹੀਂ ਰਿਹਾ, ਕੋਈ ਅਖਬਾਰ ਨਹੀਂ ਰਿਹਾ ਜਿਸ ਅਖਬਾਰ ਦੇ ਵਿੱਚ ਅੰਸ਼ਲ ਛਤਰਪਤੀ ਦੀ ਰਾਮ ਚੰਦਰ ਦੇ ਬੇਟੇ ਦੀ ਇੰਟਰਵਿਊ ਨਾ ਲੱਗੀਆਂ ਹੋਣ, ਉਹਦਾ ਪੱਖ ਨਾ ਲਿਆ ਹੋਵੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਖਬਾਰ ਬਾਰੇ, ਹਾਂ ਆਪਾਂ ਗੱਲ ਕਰਦੇ ਸੀ ਕਿ 4 ਹਫ਼ਤੇ ਉਹ ਬੰਦਾ ਹਸਪਤਾਲ ਦੇ ਵਿੱਚ ਲਟਕਦਾ ਰਿਹਾ, 4 ਹਫ਼ਤੇ ਹਸਪਤਾਲ ਜ਼ਿੰਦਗੀ ਦੀ ਮੌਤ ਦੀ ਲੜਾਈ ਲੜਦਾ ਰਿਹਾ। ਹਰਿਆਣੇ ਦੀ ਪੁਲਿਸ ਨੇ, ਹਰਿਆਣਾ ਦੀ ਸਰਕਾਰ ਨੇ ਉਹਦੀ ਗੱਲ ਨਹੀਂ ਸੁਣੀ ਔਰ ਆਖਰ ਉਹ ਮਰ ਗਿਆ। ਮਰਨ ਤੋਂ ਬਾਅਦ ਹੁਣ ਉਹਦਾ ਬੱਚਾ ਛੋਟਾ ਹੈ, ਉਹ ਜਾਵੇ ਤਾਂ ਜਾਵੇ ਕਿਹਦੇ ਕੋਲ, ਤੇ ਫੇਰ ਸੋਸਾਇਟੀ ਦਾ ਇੱਕ ਸਰਗਰਮ ਹਿੱਸਾ, ਸੋਸਾਇਟੀ ਦਾ ਸੁਚੇਤ ਹਿੱਸਾ ਜਿਹੜਾ ਹੈਗਾ ਉਹ ਐਕਟਿਵ ਹੁੰਦਾ, ਉਹ ਛਤਰਪਤੀ ਕੋਲ ਆਉਂਦੇ ਹੈ, ਛਤਰਪਤੀ ਦੇ ਪਰਿਵਾਰ ਕੋਲ ਆਉਂਦੇ ਹੈ ਤੇ ਛਤਰਪਤੀ ਦੇ ਪਰਿਵਾਰ ਨੂੰ ਆ ਕੇ ਜਿੱਥੋਂ ਦੀ ਹਾਲ ਪੁੱਛਦੇ ਹੈ। ਤੇ ਫਿਰ ਤੁਸੀਂ ਦੇਖੋ ਕਿ ਲੋਕਾਂ ਦੀ ਜਿਹੜੀ ਸਰਗਰਮ ਸ਼ਮੂਲੀਅਤ ਹੈ ਉਹ ਸਰਗਰਮ ਸ਼ਮੂਲੀਅਤ ਕਿੱਥੋਂ ਸ਼ੁਰੂ ਹੁੰਦੀ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਕਿ ਛਤਰਪਤੀ ਦੇ ਬੇਟੇ ਦੇ ਕੋਲ ਸਿਰਸੇ ਦੇ ਵਿੱਚ ਵੀ ਵਕੀਲ ਕਰਨ ਜੋਗੜੇ ਪੈਸੇ ਹੈ ਨਹੀਂ ਸੀ, ਲੇਕਿਨ ਛਤਰਪਤੀ ਦੀ ਜਿਹੜੀ ਪਹਿਲੀ ਪਟੀਸ਼ਨ ਦਾਇਰ ਹੋਈ ਹੈ ਕਤਲ ਦੇ, ਉਹਦੇ ਵਿੱਚ ਕਿ ਮਾਮਲਾ ਸੀਬੀਆਈ ਨੂੰ ਦਿੱਤਾ ਜਾਵੇ, ਉਹ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਹੋਈ ਸੀ। ਤੇ ਦਾਇਰ ਕੀਤੀ ਕਿਹਨੇ ਸੀ, ਉਸ ਵਕੀਲ ਦਾ ਨਾਂ ਕੀ ਹੈ? ਅੱਜ ਜੇ ਮੈਂ ਤੁਹਾਨੂੰ ਉਸ ਵਕੀਲ ਦਾ ਨਾਂ ਦੱਸਾਂ ਤਾਂ ਤੁਸੀਂ ਚਕਰਿਤ ਰਹਿ ਜਾਓਗੇ। ਉਸ ਵਕੀਲ ਦਾ ਨਾਂ ਹੈ ਜੀ RS ਚੀਮਾ, ਤੇ ਇਹ RS ਚੀਮਾ ਉਹ ਵਕੀਲ ਹੈ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ 2002 ਤੋਂ ਲੈ ਕੇ 2007 ਤੱਕ ਐਡਵੋਕੇਟ ਜਨਰਲ ਹੈ ਪੰਜਾਬ ਦਾ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਔਰ ਇਹ ਬੰਦਾ ਬਹੁਤ ਵੱਡੇ ਵੱਡੇ ਮੁਕੱਦਮੇ ਜਿਹੜੇ ਹੈਗੇ ਆ ਇਹਨੇ ਜਿੱਤੇ ਵੀ ਹੈ, ਤੇ ਇਹਨੇ ਫੌਜਦਾਰੀ ਅਪਰਾਧ ਦੇ ਵਿੱਚ ਇੱਕ ਆਪਣੀ ਥਾਂ ਬਣਾਈ ਵੀ ਹੈ। RS ਚੀਮੇ ਨੇ ਉਹ ਪਟੀਸ਼ਨ ਫਾਈਲ ਕੀਤੀ, ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਜਦੋਂ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਲੱਗਿਆ, ਡੇਰੇ ਵਾਲੇ ਵੀ ਐਕਟਿਵ ਹੋ ਗਏ, ਡੇਰੇ ਵਾਲੇ ਨੇ ਬਹੁਤ ਮਹਿੰਗੇ ਮਹਿੰਗੇ ਵਕੀਲ ਕੀਤੇ, ਉਹ ਉਹਨਾਂ ਵਕੀਲਾਂ ਦੇ ਪੈਰ ਨਹੀਂ ਲੱਗੇ RS ਚੀਮੇ ਦੇ ਸਾਹਮਣੇ। ਉਹ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਦੇ ਵਿੱਚ RS ਚੀਮਾ ਵੀ ਪੇਸ਼ ਹੋਇਆ, ਇੱਕ ਹੋਰ ਬੜਾ ਵੱਡਾ ਨਾਂ ਹੈ ਅਰਜਿੰਦਰ ਸੱਚਰ, ਉਹ ਵੀ ਪੇਸ਼ ਹੋਇਆ। ਕੌਣ ਅਰਜਿੰਦਰ ਸੱਚਰ? ਅਰਜਿੰਦਰ ਸੱਚਰ ਭੀਮ ਸੈਨ ਸੱਚਰ ਹੁੰਦਾ ਸੀ, ਇੱਕ ਦੇਸ਼ ਭਗਤ ਆਜ਼ਾਦੀ ਦਾ ਖੁਲਾਸੀ ਆ, ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਰਿਹਾ 1947 ਤੋਂ ਬਾਅਦ, ਉਹਦਾ ਬੇਟਾ ਹੈ। ਉਹਨੇ ਵਕਾਲਤ ਸ਼ੁਰੂ ਕੀਤੀ, ਵਕਾਲਤ ਸ਼ੁਰੂ ਕਰਨ ਤੋਂ ਬਾਅਦ ਉਹ ਬੰਦਾ ਦਿੱਲੀ ਦੇ ਵਿੱਚ ਹਾਈ ਕੋਰਟ ਦਾ ਜੱਜ ਬਣਿਆ, ਤੇ ਦਿੱਲੀ ਚ ਹਾਈ ਕੋਰਟ ਦਾ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ, ਉੱਥੋਂ ਸੇਵਾ ਮੁਕਤ ਹੋਣ ਤੋਂ ਬਾਅਦ, ਉਹ ਬੰਦਾ ਪੀਪਲਜ ਯੂਨੀਅਨ ਫਾਰ ਸਿਵਲ ਲਿਬਰਟੀਜ਼, ਜਿਹਨੂੰ ਅਸੀਂ ਮਨੁੱਖੀ ਅਧਿਕਾਰਾਂ ਦੀ ਇੱਕ ਸਿਰਮੌਰ ਆਰਗੇਨਾਈਜੇਸ਼ਨ ਕਹਿੰਦੇ ਹਾਂ, ਜਿਸ ਆਰਗੇਨਾਈਜੇਸ਼ਨ ਦਾ ਇਲਹਾਕ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ ਹੈ, ਉਹਦਾ ਜਨਰਲ ਸੈਕਟਰੀ ਬਣਿਆ। ਔਰ ਦੂਜੀ ਲੜਾਈ ਫਿਰ ਉਸ ਬੰਦੇ ਨੇ ਲੜੀ RS ਚੀਮੇ ਦੇ ਨਾਲ ਮਿਲ ਕੇ। ਇਹਨਾਂ ਬੰਦਿਆਂ ਨੂੰ ਕੀ ਸੁਪਨਾ ਆ ਗਿਆ ਕਿ ਛਤਰਪਤੀ ਨਾਂ ਦੇ ਬੰਦੇ ਨੇ, ਪੱਤਰਕਾਰ ਨੇ ਆ ਚੰਗਾ ਕੰਮ ਕੀਤਾ, ਤੇ ਉਸ ਪੱਤਰਕਾਰ ਨੂੰ ਉਹਦੇ ਪਰਿਵਾਰ ਨੂੰ ਸਾਡੀ ਮਦਦ ਦੀ ਲੋੜ ਹੈ। ਤਾਂ ਉਹਦਾ ਵੱਡਾ ਕਾਰਨ ਇੱਕੋ ਹੀ ਸੀ ਕਿ ਜੋਗਿੰਦਰ ਯਾਦਵ ਜਿਹੜਾ ਆਮ ਆਦਮੀ ਪਾਰਟੀ ਬਣਾਉਣ ਵਾਲਿਆਂ ਵਿੱਚੋਂ ਇੱਕ ਸੀ, ਮੋਢੀ ਸੀ। ਜੋਗਿੰਦਰ ਯਾਦਵ ਅੱਜ ਕੱਲ੍ਹ ਉਹ ਸਵਰਾਜ ਅਭਿਆਨ ਦੇ ਵਿੱਚ ਹੈ, ਸਵਰਾਜ ਪਾਰਟੀ ਹੈ ਉਹਦੀ। ਜੋਗਿੰਦਰ ਯਾਦਵ ਸਮਾਜ ਸੇਵਕ ਸੀ, ਸਮਾਜ ਵਿਗਿਆਨੀ ਦਾ ਰੁਤਬਾ ਉਹ ਬੰਦੇ ਦੇ ਕੋਲ, ਔਰ ਸਮਾਜਿਕ ਬੁਰਾਈਆਂ ਦੇ ਮੁੱਦੇ ਤੇ ਵੱਖ ਵੱਖ ਥਾਵਾਂ ਤੇ ਜਾ ਕੇ ਸੈਮੀਨਾਰਾਂ ਨੂੰ ਐਡਰੈਸ ਕਰਦਾ ਹੁੰਦਾ ਸੀ। ਉਹਨੇ ਕਿਤੇ ਸਰਸੇ ਦੇ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਿਤ ਕੀਤਾ ਸੀ, ਜਿਹਦਾ ਆਯੋਜਨ
ਛਤਰਪਤੀ ਨੇ ਕੀਤਾ ਸੀ ਤੇ ਜਦੋਂ ਉਹ ਬੈਠਣ ਵਾਸਤੇ ਆਇਆ ਉਹਦੇ ਘਰਦਿਆਂ ਕੋਲ ਅਫਸੋਸ ਕਰਨ ਵਾਸਤੇ ਆਇਆ ਉਹਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਕਿ ਐਡਾ ਵੱਡਾ ਜ਼ੁਲਮ ਹੋਇਆ ਐਡੇ ਸ਼ਰਾਰਤੀ ਢੰਗ ਦੇ ਨਾਲ ਇੱਕ ਪੱਤਰਕਾਰ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਸ ਪੱਤਰਕਾਰ ਨੇ ਡੇਰਾ ਸੱਚਾ ਸੌਦਾ ਦੀ ਹਕੀਕਤ ਜਿਹੜੀ ਉਹ ਬੇਨਕਾਬ ਕਰਦੀ ਸੀ ਤਾਂ ਉਹਨੇ ਫਿਰ ਬੇਨਤੀ ਕੀਤੀ ਆਰ ਐਸ ਚੀਮਾ ਨੂੰ ਉਹਨੇ ਬੇਨਤੀ ਕੀਤੀ ਰਜਿੰਦਰ ਸੱਚਰ ਨੂੰ ਔਰ ਰਜਿੰਦਰ ਸੱਚਰ ਤੇ ਆਰ ਐਸ ਚੀਮਾ ਦੀ ਕੋਸ਼ਿਸ਼ ਦੇ ਨਾਲ ਜਿਹੜਾ ਹੈਗਾ ਉਹ ਕੇਸ ਸੀ ਬੀ ਆਈ ਨੂੰ ਗਿਆ ਤੇ ਉਸ ਕੇਸ ਦੇ ਵਿੱਚ ਹੋਰਾਂ ਤੋਂ ਇਲਾਵਾ ਡੇਰਾ ਮੁਖੀ ਨੂੰ ਇੱਕ ਮੁਰਜਮ ਨਾਮਜ਼ਦ ਕੀਤਾ ਗਿਆ ਔਰ ਅਗਲੇ ਮਹੀਨੇ ਦੇ ਵਿੱਚ ਸ਼ਾਇਦ ਇਸੇ ਮਹੀਨੇ ਚ ਅਗਲੇ ਮਹੀਨੇ ਦੇ ਵਿੱਚ ਉਹ ਕੇਸ ਫਾਈਨਲ ਸੁਣਵਾਈ ਤੇ ਲੱਗਿਆ ਹੋਇਆ ਹੈ ਔਰ ਉਹ ਤੋਂ ਬਾਅਦ ਉਹਦਾ ਫੈਸਲਾ ਫੇਰ ਹੋਣਾ ਹੈ ਸੋ ਜੇ ਅਸੀਂ ਇਹ ਕਹਿ ਦਈਏ ਕਿ ਸੋਸਾਇਟੀ ਦੇ ਵਿੱਚੋਂ ਸਾਨੂੰ ਸਹਿਯੋਗ ਨਹੀਂ ਮਿਲਦਾ ਪੱਤਰਕਾਰਾਂ ਨੂੰ ਜਿਹੜੇ ਪੱਤਰਕਾਰ ਹੱਕ ਸੱਚ ਦੀ ਲੜਾਈ ਲੜਦੇ ਹੈ ਜਿਹੜੇ ਸੱਚ ਦੇ ਨਾਲ ਖੜੇ ਹੈ ਜਿਹੜੇ ਲੋਕਾਂ ਦੀ ਗੱਲ ਕਰ ਰਹੇ ਹੈ ਉਹਨਾਂ ਨੂੰ ਸਮਾਜ ਦੇ ਵਿੱਚ ਸਤਿਕਾਰ ਵੀ ਮਿਲਦਾ ਹੈ ਪਿਆਰ ਵੀ ਮਿਲਦਾ ਹੈ ਤੇ ਮਦਦ ਵੀ ਮਿਲਦੀ ਹੈ ਸੋ ਇਸ ਲਈ ਸਮਾਜ ਨੂੰ ਇੰਨਾ ਵੀ ਮਤਲਬ ਘਟਾ ਕੇ ਨਹੀਂ ਦੇਖ ਸਕਦੇ ਬਹੁਤ ਸਾਰੇ ਸਮਾਜ ਦੇ ਜਿਹੜੇ ਸੁੱਚੇ ਤਬਕੇ ਹੈ ਉਹ ਪੱਤਰਕਾਰਾਂ ਦੇ ਨਾਲ ਖੜਦੇ ਜੀ ਔਰ ਇਹ ਜਿਵੇਂ ਬੇਸ਼ੱਕ ਹੱਕ ਲਾਈਵ ਕਵਰੇਜ ਦੀ ਗੱਲ ਹੋਵੇ ਡੇਰਾ ਸਰਸਾ ਦੇ ਖਿਲਾਫ ਜਿਹੜਾ ਇੱਕ ਡਿਸੀਜਨ ਆਇਆ ਉਦੋਂ ਘਟਨਾਕ੍ਰਮ ਹੋਇਆ ਜਾਂ ਹੋਰ ਘਟਨਾਕ੍ਰਮ ਹੈ ਅਕਸਰ ਪੱਤਰਕਾਰ ਨਿਸ਼ਾਨਾ ਬਣਾ ਲੈ ਜਾਂਦੇ ਹੈ ਬੜੀਆਂ ਮੰਗਾਂ ਅਸੀਂ ਉਠਾਉਣੇ ਆ ਧਰਨੇ ਮੁਜ਼ਾਰੇ ਹੁੰਦੇ ਆ ਪਰ ਲਾਮਬੰਦ ਹੋ ਕੇ ਉਹੋ ਜਿਹੀ ਗੱਲ ਕਰ ਨਹੀਂ ਸਕਦੇ ਕਿ ਪੱਤਰਕਾਰ ਜਿਹੜੇ ਹੈ ਜੀ ਉਹ ਸਿਕਿਓਰ ਹੋ ਜਾਣ ਸਾਨੂੰ ਲੱਗਦਾ ਕਿ ਅਸੀਂ ਕਿਸੇ ਵਕਤ ਸਿਕਿਓਰ ਹੋ ਸਕਦੇ ਹਾਂ ਜਾਂ ਫਿਰ ਇਹ ਹੈ ਕਿ ਹਾਲਾਤ ਹੀ ਸਾਡੇ ਇਹੋ ਜਿਹੇ ਰਹਿੰਦੇ ਆ ਕਿ ਅਸੀਂ ਸਿਕਿਓਰ ਹੋ ਹੀ ਨਹੀਂ ਸਕਦੇ ਦੇਖੋ ਇਹਦੇ ਵਿੱਚ ਜਿਹੜੀ ਗੱਲ ਹੈ ਜੇ ਆਪਾਂ ਇਹ ਕਹਿ ਦਈਏ ਕਿ ਜਦੋਂ ਖਤਰਿਆਂ ਦੇ ਨਾਲ ਖੇਡਣਾ ਹੈ ਤੇ ਖਤਰਿਆਂ ਦੇ ਨਾਲ ਖੇਡਦੇ ਹੋਏ ਅਸੀਂ ਇਹ ਉਮੀਦ ਰੱਖੀਏ ਕਿ ਸਾਨੂੰ ਇਕੱਲਾ ਸਤਿਕਾਰ ਹੀ ਮਿਲੂਗਾ ਤੇ ਸਾਨੂੰ ਖਤਰਾ ਨਾ ਕਿਸੇ ਕਿਸਮ ਦਾ ਮਹਿਸੂਸ ਹੋਊਗਾ ਤਾਂ ਮੈਂ ਨਹੀਂ ਸਮਝਦਾ ਵੀ ਇਹ ਨਾ ਹੋਵੇ ਕਿਉਂਕਿ ਸੋਸਾਇਟੀ ਦੇ ਵਿੱਚ ਹਰ ਕਿਸਮ ਦੇ ਲੋਕ ਹੈ ਤੁਹਾਨੂੰ ਬੰਦਾ ਗੁੱਜੀ ਮਾਰ ਵੀ ਮਾਰ ਸਕਦਾ ਹੈ ਕੋਈ ਜ਼ਰੂਰੀ ਨਹੀਂ ਵੈਸੇ ਅੱਜ ਕੱਲ੍ਹ ਜਿਹੜਾ ਇੱਕ ਨਵਾਂ ਸਿਸਟਮ ਚੱਲਿਆ ਪੱਤਰਕਾਰਤਾ ਨੂੰ ਜਾਂ ਪ੍ਰੋਗਰੈਸਿਵ ਬੰਦਿਆਂ ਨੂੰ ਟਾਰਗੇਟ ਕਰਨ ਵਾਸਤੇ ਉਹ ਚੱਲਿਆ ਹੋਇਆ ਹੈ ਭੀੜ ਤੰਤਰ ਰਾਹੀਂ ਜੀ ਕਿਸੇ ਜ਼ਮਾਨੇ ਦੇ ਵਿੱਚ ਇਹ ਹੁੰਦਾ ਸੀ ਕਿ ਪੱਤਰਕਾਰ ਨੂੰ ਟਾਰਗੇਟ ਕੋਈ ਇਕੱਲਾ ਬੰਦਾ ਬਣਾਉਂਦਾ ਸੀ ਹੁਣ ਤੁਸੀਂ ਕਵਰੇਜ ਦੀ ਗੱਲ ਕੀਤੀ ਵੀ ਹੈ ਦੇਖੋ ਜਿਸ ਵੇਲੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਗਿਲਟੀ ਕਰਾਰ ਦਿੱਤਾ ਉਹਨੂੰ ਕਨਵਿਕਟ ਕੀਤਾ ਹੈ ਪੰਚਕੂਲਾ ਦੀ ਅਦਾਲਤ ਨੇ ਸਜ਼ਾ ਦਾ ਫੈਸਲਾ ਹਾਲੇ ਸੁਣਾਇਆ ਨਹੀਂ ਸੀ ਉਸ ਵੇਲੇ ਜਿਹੜਾ ਉਪੱਧਰ ਸ਼ੁਰੂ ਹੋਇਆ ਉਸ ਉਪੱਧਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟਾਰਗੇਟ ਕਿਹਨੂੰ ਬਣਾਇਆ ਸੀ ਮੀਡੀਆ ਨੂੰ ਔਰ ਮੀਡੀਆ ਦੇ ਵਿੱਚੋਂ ਵੀ ਇਲੈਕਟ੍ਰੋਨਿਕ ਮੀਡੀਆ ਨੂੰ ਕਿਉਂਕਿ ਇਲੈਕਟ੍ਰੋਨਿਕ ਮੀਡੀਆ ਆਪਣੀਆਂ ਉਹ ਵੀ ਵੈਨਸ ਦੇ ਰਾਹੀਂ ਸਾਰਾ ਕੁਛ ਲਾਈਵ ਦਿਖਾ ਰਿਹਾ ਸੀਗਾ ਜੋ ਕੁਛ ਉਹਨਾਂ ਨੇ ਉੱਥੇ ਉਪੱਧਰੀਆਂ ਨੇ ਉਪੱਧਰ ਕਰਨਾ ਸੀ ਉਹ ਮਹਿਸੂਸ ਕਰਦੇ ਸੀਗੇ ਕਿ ਜੇ ਸਾਡਾ ਇਹ ਸਾਰਾ ਕੁਛ ਆ ਗਿਆ ਤੇ ਕੱਲ ਅਸੀਂ ਕਾਨੂੰਨ ਦੇ ਹਵਾਲੇ ਹੋਵਾਂਗੇ ਇਸ ਕਰਕੇ ਜੋ ਅਸੀਂ ਉਧਰ ਤੋਂ ਵੀ ਮਚਾਉਣੀ ਹੈ ਉਹ ਤੋਂ ਪਹਿਲਾਂ ਇਹਨਾਂ ਨੂੰ ਨਿਊਟਰ ਕਰੀਏ ਪੱਤਰਕਾਰਾਂ ਨੂੰ ਇਹੀ ਕਾਰਨ ਹੈ ਕਿ ਚਾਹੇ ਪ੍ਰਿੰਟ ਮੀਡੀਆ ਦੇ ਪੱਤਰਕਾਰ ਸੀ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਉਹਨਾਂ ਦੀਆਂ ਗੱਡੀਆਂ ਨੂੰ ਵੀ ਕੀਤਾ ਗਿਆ ਜੇ ਚੈਨਲਾਂ ਦੀਆਂ ਉਹ ਵੀ ਗੱਡੀਆਂ ਭੰਨੀਆਂ ਤਾਂ ਜਿਹੜੇ ਛੋਟੇ ਪੱਤਰਕਾਰ ਸੀ ਸਕੂਟਰ ਮੋਟਰਸਾਈਕਲ ਛੋਟੀਆਂ ਕਾਰਾਂ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਇੱਕ ਭੀੜ ਤੰਤਰ ਰਾਹੀਂ ਹੈ ਦੂਜੀ ਗੱਲ ਹੈ ਵੀ ਇਹਦੇ ਵਿੱਚ ਸਟੇਟਾਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਕਿ ਸਟੇਟ ਵੀ ਕਿਵੇਂ ਆਪਣੇ ਦੂਜੇ ਜਿਹੜੇ ਹੈਗੇ ਹੈ ਇਸ ਕਿਸਮ ਦੇ ਅਪਰਾਧੀ ਤੱਤ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ ਤੁਸੀਂ ਧਿਆਨ ਕਰੋ ਤੁਹਾਡੇ ਆਪਣੇ ਥੋੜੇ ਦਿਮਾਗ ਚ ਬੋਝ ਪਾਓ ਜੋ ਕੁਛ ਪੰਚਕੂਲੇ ਦੇ ਵਿੱਚ ਹੋਇਆ ਹੈ ਪੰਚਕੂਲੇ ਦੇ ਵਿੱਚ ਜਿਹੜੀ ਘਟਨਾਕ੍ਰਮ ਵਾਪਰਿਆ ਤੇ ਉਸ ਘਟਨਾਕ੍ਰਮ ਦਾ ਜਿਹੜਾ ਅਖਬਾਰਾਂ ਨੇ ਤਾਂ ਵਰਣਨ ਕੀਤਾ ਆਪਣੇ ਪੱਧਰ ਤੇ ਪੱਤਰਕਾਰਾਂ ਨੇ ਕਿਹਾ ਕਿ ਉੱਥੇ ਆਹ ਹੋ ਗਿਆ ਜੇ ਆਹ ਹੋ ਗਿਆ ਪੱਤਰਕਾਰਾਂ ਨੇ ਇਹ ਵੀ ਗੱਲ ਬੇਨਕਾਬ ਕੀਤੀ ਕਿ ਡੇਰਾ ਮੁਖੀ ਨੂੰ ਪੁਲਿਸ ਦੀ ਕਸਟੱਡੀ ਦੇ ਵਿੱਚੋਂ ਛੁਡਵਾ ਕੇ ਲਿਜਾਣ ਦੀ ਸਾਜਿਸ਼ ਸੀ ਲੇਕਿਨ ਇਹਦੀ ਪੁਸ਼ਟੀ ਨਹੀਂ ਸੀ ਇਹਦੀ ਪੁਸ਼ਟੀ ਉਦੋਂ ਹੁੰਦੀ ਹੈ ਜਦੋਂ ਇੱਕ ਆਈ ਜੀ ਲੈਵਲ ਦਾ ਇੰਸਪੈਕਟਰ ਜਨਰਲ ਪੁਲਿਸ ਨੇ ਆ ਕੇ ਮੀਡੀਆ ਨੂੰ ਇੰਟਰਵਿਊ ਦਿੱਤੀ ਆਨ ਲਾਈਵ ਆਇਆ ਉਹਨੇ ਕਿਹਾ ਹਾਂ ਬਿਲਕੁਲ ਠੀਕ ਹੈ ਕਿ ਡੇਰਾ ਮੁਖੀ ਨੂੰ ਛੁਡਾਉਣ ਦਾ ਯਤਨ ਕੀਤਾ ਗਿਆ ਸੀ ਉਹਨੇ ਸਾਮਰ ਤੱਕ ਜਿਹੜੀ ਹੈਗੀ ਤਸਵੀਰ ਪੇਸ਼ ਕੀਤੀ ਕਿ ਜਦੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਗਈ ਹੈ ਡੇਰਾ ਮੁਖੀ ਕੋਰਟ ਚੋਂ ਬਾਹਰ ਆਇਆ ਕੋਰਟ ਦੇ ਵਿੱਚੋਂ ਬਾਹਰ ਆ ਕੇ ਉਹ ਕੁਛ ਸਮੇਂ ਲਈ ਖੜਿਆ ਉੱਥੇ ਔਰ ਉਹਨੇ ਇੱਕ ਇਸ਼ਾਰਾ ਕੀਤਾ ਕਿ ਮੇਰਾ ਲਾਲ ਬੈਗ ਮੇਰੇ ਕੋਲ ਪਹੁੰਚਾਇਆ ਜਾਵੇ ਤੇ ਲਾਲ ਬੈਗ ਉਹਦੇ ਕੋਲੇ ਆਉਂਦਾ ਜਿਹਦੇ ਹੱਥ ਦੇ ਵਿੱਚ ਲਾਲ ਬੈਗ ਆ ਗਿਆ ਨਾਲ ਦੀ ਨਾਲ ਹੀ ਹਿੱਸਾ ਭੜਕਦੀ ਹੈ ਉਹ ਆਈ ਜੀ ਕਹਿੰਦਾ ਕਿ ਮੈਨੂੰ ਉਸੇ ਵੇਲੇ ਜਿਹੜੀ ਟੀਅਰ ਗੈਸ ਦੇ
ਚੱਲਣ ਦੀਆਂ ਗੋਲੀਆਂ ਜਿਹੜੇ ਗੋਲੇ ਚੱਲੇ ਉਹਨਾਂ ਦੀਆਂ ਆਵਾਜ਼ਾਂ ਸੁਣਦੀਆਂ ਤੇ ਉਹ ਬਹੁਤ ਪਿੱਛੇ ਸੀ। ਪਿਛਲੇ ਬੰਦੇ ਨੂੰ ਕੀ ਪਤਾ ਲੱਗ ਗਿਆ ਕਿ ਡੇਰਾ ਮੁਖੀ ਨੂੰ ਕੈਦ ਹੋ ਗਈ, ਉਦੋਂ ਤੱਕ ਤਾਂ ਸ਼ਾਇਦ ਇਹ ਮੀਡੀਆ ਨੂੰ ਵੀ ਨਹੀਂ ਪਤਾ ਲੱਗਿਆ ਸੀ। ਅਸਲ ਦੇ ਵਿੱਚ ਜਿਹੜਾ ਕੋਡ ਬਣਾਇਆ ਹੋਇਆ ਸੀ, ਕੋਡ ਰੱਖਿਆ ਸੀ ਕਿ ਜੇ ਤਾਂ ਕੈਦ ਹੋ ਗਈ ਤਾਂ ਹੱਥ ਵਿੱਚ ਲਾਲ ਬੈਗ ਹੋਊਗਾ ਤੇ ਜੇ ਬਰੀ ਹੋ ਗਏ ਤਾਂ ਫਿਰ ਦੂਜਾ ਬੈਗ ਹੋਊਗਾ। ਸੋ ਉਹਨੇ ਇਹ ਵੀ ਦੱਸਿਆ ਕਿ ਫਿਰ ਕਿਵੇਂ ਡੇਰਾ ਮੁਖੀ ਦੇ ਜਿਹੜੇ ਗਨਮੈਨ ਸੀ, ਸਰਕਾਰੀ ਗਨਮੈਨ ਤੇ ਨਾਲ ਉਹਦੇ ਬਾਊਂਸਰ, ਉਹਨਾਂ ਬਾਊਂਸਰਾਂ ਨੇ ਹੱਥਾ ਮੁੱਕੀ ਕੀਤੀ, ਖੋਲ ਦੀ ਕੋਸ਼ਿਸ਼ ਕੀਤੀ, ਆਪਦੀ ਗੱਡੀ ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਅਖੀਰ ਸੁਮੀਤ ਨਾਂ ਦਾ ਡੀ ਆਈ ਜੀ ਆਪਣੀ ਗੱਡੀ ਜਦੋਂ ਨੂੰ ਬਿਠਾਉਂਦਾ ਸੀ, ਜਿਹਨੇ ਪਹਿਲਾਂ ਪ੍ਰੋਗਰਾਮ ਬਣਾਇਆ ਹੋਇਆ ਸੀ, ਉਹ ਸਿਰ ਮੈਦਾਨ ਗੱਡੀ ਭਜਾ ਕੇ ਆਈ ਜੀ ਗੱਡੀ ਨੂੰ ਸਕਾਊਟ ਕਰਦਾ ਹੈ ਜਿਹਦੇ ਵਿੱਚ ਡੇਰਾ ਮੁਖੀ ਬਹਾਇਆ ਹੋਇਆ ਸੀ, ਤੇ ਉਹਨੂੰ ਚੰਡੀ ਮੰਦਿਰ ਛਾਉਣੀ ਦੇ ਅੰਦਰ ਲਿਆ ਜਾਂਦਾ। ਚੰਡੀ ਮੰਦਿਰ ਤੋਂ ਬਾਅਦ ਫਿਰ ਉਹ ਅੱਗੇ ਜਾਂਦਾ। ਇਹ ਜੇ ਉਹਨੇ ਸਾਰੀ ਕਹਾਣੀ ਦੱਸੀ ਤਾਂ ਇਹ ਸਾਰੀ ਕਹਾਣੀ ਬਾਹਰ ਆਉਣ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੋਣਾ ਇੱਕ ਫਰਮਾਨ ਜਾਰੀ ਹੋਇਆ ਸੀ ਹਰਿਆਣਾ ਸਰਕਾਰ ਵੱਲੋਂ। ਉਸ ਫਰਮਾਨ ਦੇ ਮੁਤਾਬਕ ਇਹ ਕਿਹਾ ਸੀ ਕਿ ਕੋਈ ਅੱਜ ਤੋਂ ਬਾਅਦ ਕੋਈ ਵੀ ਪੁਲਿਸ ਅਫਸਰ ਮੀਡੀਆ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੂਗਾ, ਹਰਿਆਣੇ ਦਾ ਕੋਈ ਵੀ ਪੁਲਿਸ ਅਫਸਰ ਮੀਡੀਆ ਨਾਲ ਗੱਲ ਨਹੀਂ ਕਰੂਗਾ। ਹਾਂ, ਜੇ ਕਿਸੇ ਨੇ ਗੱਲ ਕਰਨੀ ਹੈ ਤਾਂ ਉਹਨੂੰ DGP ਦੀ ਇਜਾਜ਼ਤ ਲੈਣੀ ਪੈਣੀ, ਨਹੀਂ ਤਾਂ ਮੀਡੀਆ ਨਾਲ ਬੋਲ ਜਿਹੜੀ ਹੈ ਗੱਲਬਾਤ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ DGP ਨੂੰ ਹੈ। ਤੇ ਤੁਸੀਂ ਦੇਖਿਆ ਨਾ ਉਦੋਂ ਤੋਂ ਲੈ ਕੇ ਅੱਜ ਤੱਕ ਪੁਲਿਸ ਵਾਲੇ ਸਾਈਡ ਤੋਂ, ਪੁਲਿਸ ਵਾਲੇ ਪਾਸੇ ਤੋਂ ਕਿਸੇ ਕਿਸਮ ਦੀ ਕੋਈ ਸਟੇਟਮੈਂਟ, ਕੋਈ ਜਾਣਕਾਰੀ ਜਿਹੜੀ ਅਖਬਾਰਾਂ ਦੇ ਵਿੱਚ ਜਾਂ TV ਚੈਨਲਾਂ ਦੇ ਵਿੱਚ ਨਹੀਂ ਛਪੀ। ਤੇ ਇਹੀ ਚੀਜ਼ ਤੁਸੀਂ ਦੇਖੋ ਕਿ ਜਦੋਂ ਆਪਣਾ ਡੇਰਾ ਸੱਚਾ ਸੌਦਾ ਦੇ ਆਲੇ ਦੁਆਲੇ ਆਰਮੀ ਲੱਗੀ ਖੜੀ ਹੈ, ਉੱਥੇ ਪੁਲਿਸ ਲੱਗੀ ਖੜੀ ਹੈ, ਇਸੇ ਹੁਕਮਨਾਮੇ ਦੀ ਵਜ੍ਹਾ ਕਾਰਨ ਉਹਦੀ ਜਿਹੜਾ ਉਹਦਾ ਸਰਕਾਰ ਵਾਲੇ ਪਾਸੇ ਪ੍ਰਸ਼ਾਸਨ ਵਾਲੇ ਪਾਸੇ ਪੱਖ ਆਉਣਾ ਸੀ ਉਹ ਨਹੀਂ ਆਇਆ। ਕਾਰਨ ਇਹਦਾ ਕੀ ਸੀ? ਕਾਰਨ ਇਹੀ ਸੀ ਕਿ ਸਟੇਟ ਪਾਵਰ ਨੇ ਵੀ ਜਦੋਂ ਇਹ ਦੇਖਿਆ ਕਿ ਹੁਣ ਮੀਡੀਆ ਬਹੁਤ ਜ਼ਿਆਦਾ ਸਾਨੂੰ ਬਦਨਾਮ ਕਰ ਰਿਹਾ, ਮੀਡੀਆ ਹਕੀਕਤ ਜਿਹੜੀ ਲੈ ਕੇ ਆ ਰਿਹਾ ਉਹਦੇ ਨਾਲ ਸਾਡਾ ਰਹਿੰਦਾ ਕੱਖ ਨੀ, ਸਾਡੇ ਪੱਲੇ ਕੱਖ ਨੀ ਰਿਹਾ, ਕਿਉਂਕਿ DGP ਦੀ ਬੜੀ ਕਿਰਕਰੀ ਹੋਈ ਸੀ, ਹਾਈ ਕੋਰਟ ਨੇ ਬੜਾ ਨੋਟਿਸ ਲਿਆ ਸੀ, ਖੱਟਰ ਸਰਕਾਰ ਨੂੰ ਫਟਕਾਰਾਂ ਪਾਈਆਂ, ਤਾਂ ਫਿਰ ਸੱਚਾਈ ਨੂੰ ਛੁਪਾਉਣ ਵਾਸਤੇ ਆਪਾਂ ਇਹਨੂੰ ਕਹਿ ਸਕਦੇ ਕਿ ਅਣਐਲਾਨੀ ਜਿਹੜੀ ਹੈਗੀ ਹੈ ਸੈਂਸਰਸ਼ਿਪ ਲਾਤੀ ਸੀ ਮੀਡੀਆ ਦੇ ਉੱਤੇ। ਔਰ ਉਹਦਾ ਕਿੰਨਾ ਜਿਹਾ ਤੁਸੀਂ ਦੇਖਣਾ ਹੋਣਾ ਵੀ ਭਾਵੇਂ ਉੱਥੇ ਲੱਗ ਗਈ, ਉੱਥੋਂ ਇਨਫੋਰਮੇਸ਼ਨ ਨਹੀਂ ਆਈ, ਲੇਕਿਨ ਫਿਰ ਲਗਾਤਾਰ ਜਿਹੜੀ ਹੈਗੀ ਹੈ, ਆਮ ਤੌਰ ਤੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਵੱਧ ਤੋਂ ਵੱਧ ਦੀ ਚਰਚਾ ਮੀਡੀਆ ਦੇ ਵਿੱਚ 5 ਜਾਂ 4 ਦਿਨ ਹੁੰਦੀ ਹੈ, ਲੇਕਿਨ 25 ਤਾਰੀਖ ਤੋਂ ਲੈ ਕੇ ਅੱਜ 6 ਤਾਰੀਖ ਹੋ ਗਈ, ਅਜੇ ਤੱਕ ਲਗਾਤਾਰ 2 ਹਫ਼ਤੇ ਹੋ ਗਏ ਇਹ ਜਿਹੜੀ ਚਰਚਾ ਖੱਟਰ ਸਰਕਾਰ ਦੇ ਖਿਲਾਫ਼ ਚੱਲਦੀ ਹੈ ਮੀਡੀਆ ਦੇ ਵਿੱਚ, ਇਸੇ ਕਰਕੇ ਚੱਲ ਰਹੀ ਹੈ ਕਿਉਂਕਿ ਮੀਡੀਆ ਦਾ ਗਲਾ ਘੁੱਟਣ ਦਾ ਜ਼ਿਕਰ ਕੀਤਾ ਗਿਆ ਸੀ। ਇਹ ਠੀਕ ਹੈ ਤੁਹਾਡੀ ਗੱਲ ਕਿ ਜਦੋਂ ਅਸੀਂ ਕਵਰੇਜ ਤੇ ਜਾਂਦੇ ਹਾਂ ਸਾਰਾ ਕੁਛ ਕਰਦੇ ਹਾਂ ਸਾਡੀ ਜ਼ਿੰਦਗੀ ਸਿਕਿਓਰ ਨਹੀਂ ਹੁੰਦੀ, ਪਰ ਸੱਚਾਈ ਦੇ ਨਾਲ ਖੜਨ ਵਾਸਤੇ, ਸੱਚਾਈ ਨੂੰ ਬੇਨਕਾਬ ਕਰਨ ਵਾਸਤੇ ਸਾਨੂੰ ਕਾਫੀ ਕੁਛ ਕੁਰਬਾਨ ਵੀ ਕਰਨਾ ਪੈਂਦਾ। ਤੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਘਟਨਾਕ੍ਰਮ ਸਾਰਾ ਹੋਇਆ, ਸਾਡੇ ਮੋਹਾਲੀ ਤੇ ਚੰਡੀਗੜ੍ਹ ਦੇ ਪੱਤਰਕਾਰ ਭਾਈਚਾਰੇ ਨੇ ਇਕੱਠਿਆਂ ਹੋ ਕੇ ਮੋਹਾਲੀ ਦੇ ਵਿੱਚ ਫੰਕਸ਼ਨ ਸੀ ਜਿੱਥੇ ਪੰਜਾਬ ਦਾ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਗਿਆ ਸੀ, ਉਹ ਇੱਕ ਮੈਮੋਰੰਡਮ ਦਿੱਤਾ ਗਿਆ ਤੇ ਉਸ ਮੈਮੋਰੰਡਮ ਰਾਹੀਂ ਇਹ ਮੰਗ ਕੀਤੀ ਗਈ ਹੈ ਕਿ ਘੱਟੋ ਘੱਟ ਮੀਡੀਆ ਨੂੰ ਹਮਲਿਆਂ ਤੋਂ ਬਚਾਉਣ ਵਾਸਤੇ ਕੋਈ ਅਜਿਹਾ ਐਕਟ ਲੈਂਦਾ ਜਾਵੇ, ਪੱਤਰਕਾਰਾਂ ਦੀ ਪ੍ਰੋਟੈਕਸ਼ਨ ਵਾਲਾ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜੇ ਅਪਰਾਧੀ ਹੈ, ਹਮਲੇ ਕਰਨ ਵਾਲੇ ਆ, ਉਹਨਾਂ ਨੂੰ ਸਜ਼ਾ ਮਿਲ। ਚੀਫ ਮਿਨਿਸਟਰ ਨੇ ਵਾਅਦਾ ਕੀਤਾ ਕਿ ਹਾਂ ਅਸੀਂ ਅਸੈਂਬਲੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੈਂਬਲੀ ਦੇ ਵਿੱਚ ਅਜਿਹਾ ਕੇਸ ਆਪਣਾ ਐਕਟ ਲੈ ਕੇ ਆਵਾਂਗੇ। ਜੇ ਅਜਿਹਾ ਹੁੰਦਾ ਤਾਂ ਇਹਦੀ ਲੜਾਈ ਦਾ ਇੱਕ ਹਿੱਸਾ ਹੈ। ਅੱਜ ਵੀ ਤੁਸੀਂ ਦੇਖੋ ਬੀਬੀ ਗੌਰੀ ਦੇ ਮੁੱਦੇ ਤੇ ਕਿ ਸਾਰਾ ਮੀਡੀਆ, ਜਿੰਨੀਆਂ ਵੀ ਸੰਸਥਾਵਾਂ ਮੀਡੀਆ ਦੀਆਂ, ਜਿੰਨੀਆਂ ਵੀ ਆਰਗੇਨਾਈਜੇਸ਼ਨ ਹੈ, ਸਾਰੀਆਂ ਮੀਡੀਆ ਜਿਹੜੀਆਂ ਮੈਦਾਨ ਵਿੱਚ ਆਈਆਂ, ਔਰ ਇਹਦੇ ਤੇ ਵੀ ਅਕਸਰ ਸਰਕਾਰ ਨੂੰ ਕੋਈ ਨਾ ਕੋਈ ਦਾ ਹੱਲ ਕਰਨਾ ਪੈਣਾ ਹੈ। ਪਰ ਜੇ ਫਿਰ ਵੀ ਅਸੀਂ ਇਹ ਕਹਿ ਦਈਏ ਕਿ ਹੱਲ ਕਰਨ ਦੇ ਬਾਵਜੂਦ ਵੀ ਜੇ ਕੋਈ ਐਕਟ ਬਣ ਜਾਂਦਾ, ਕਾਨੂੰਨ ਬਣ ਜਾਂਦਾ, ਤੇ ਅਸੀਂ ਬਿਲਕੁਲ ਸੁਰੱਖਿਅਤ ਹੋ ਜਾਵਾਂਗੇ, ਮੇਰੇ ਖਿਆਲ ਮੁਤਾਬਕ ਉਹ ਤਾਂ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਗਾਹੇ ਵਗਾਹੇ ਤੁਹਾਡੇ ਤੇ ਹਮਲਾ ਕੋਈ ਵੀ ਹੋ ਸਕਦਾ ਹੈ। ਲੇਕਿਨ ਜਿਹੜਾ ਭੀੜ ਤੰਤਰ ਦੇ ਰਾਹੀਂ ਹਮਲੇ ਹੋਣ ਵਾਲੀ ਗੱਲ ਹੈ, ਇਹਦੇ ਤੋਂ ਸਾਨੂੰ ਕਾਫੀ ਰਾਹਤ ਮਿਲ ਸਕਦੀ ਹੈ। ਜੇ ਜਿਵੇਂ ਪੰਜਾਬ ਦੀ ਸਰਕਾਰ ਨੇ ਕਿਹਾ, ਕੇਂਦਰ ਸਰਕਾਰ ਵੀ ਕੋਈ ਅਜਿਹਾ ਕਾਨੂੰਨ ਬਣਾਉਣ ਬਾਰੇ ਸੋਚ ਵਿਚਾਰ ਕਰੇ। ਜੀ ਨਾਲ ਹੀ ਇੱਕ ਸੱਜਣ ਹੈ ਜਿਹੜਾ ਨੇ ਇਹ ਵੀ ਗੱਲ ਕਹੀ ਹੈ ਕਿ ਗੌਰੀ ਦਾ ਕਤਲ ਹੋ ਗਿਆ, ਅਫਸੋਸ ਕਰੀ ਜਾਂਦੇ ਹਾਂ ਅਸੀਂ, ਤੇ ਕਹਿੰਦੇ ਜੀ ਫਿਰ ਕਿਉਂ ਨਾ ਰਵੀਸ਼ ਵਰਗਿਆਂ ਦੇ ਕਤਲ ਤੋਂ ਪਹਿਲਾਂ ਹੀ ਜ਼ਹਿਰੀ ਸੱਪ ਹੈ ਜਿਹੜੇ ਉਹ ਕੁਚਲ ਦਿੱਤੇ ਜਾਣ, ਪਰ ਸਮੱਸਿਆ ਫਿਰ ਉੱਥੇ ਢਿੱਲੋਂ ਸਾਹਿਬ, ਸਾਨੂੰ ਕੀ ਪਤਾ ਕੌਣ ਹੈ ਸਾਡੇ ਤੇ ਹਮਲਾ ਕਰਨ ਵਾਲੀ, ਕਿਉਂਕਿ ਅਸੀਂ ਤਾਂ ਹਜ਼ਾਰਾਂ ਲੋਕਾਂ ਦੀ ਗੱਲ ਕਰਦੇ ਹਾਂ, ਸਾਡੇ ਲੱਖਾਂ ਲੋਕ ਦੁਸ਼ਮਣ ਹੈ।
ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਸਾਡੇ ਦੁਸ਼ਮਣ ਦਾ ਨਹੀਂ ਪਤਾ, ਸਾਨੂੰ ਸਾਡੇ ਕਰਤੱਵ ਦਾ ਪਤਾ, ਅਸੀਂ ਆਪਣਾ ਕਰਤੱਵ ਨਿਭਾ ਰਹੇ ਹਾਂ। ਇਸ ਕਰਤੱਵ ਤੋਂ ਦੁਖੀ ਕੌਣ ਹੈ, ਸਾਨੂੰ ਮਾਰੂਗਾ ਕੌਣ, ਟਾਰਗੇਟ ਕਰੂਗਾ, ਸਾਡੇ ਕੋਲ ਤਾਂ ਕੋਈ ਸ਼ਨਾਖਤ ਨਹੀਂ, ਅਸੀਂ ਭੀੜ ਦੇ ਵਿੱਚ ਤੁਰ ਰਹੇ ਹਾਂ, ਕੋਈ ਵੀ ਟਾਰਗੇਟ ਕਰ ਸਕਦਾ ਹੈ, ਕਿਉਂਕਿ ਅਸੀਂ ਗੱਲ ਰਵੀਸ਼ ਦੀ ਕਰ ਰਹੇ ਹਾਂ ਜਾਂ ਕਿਸੇ ਹੋਰ ਪੱਤਰਕਾਰ ਦੀ ਕਰ ਰਹੇ ਹਾਂ, ਉਹ ਟੀਵੀ ਚੈਨਲ ਤੇ ਬੈਠਾ ਹੈ। ਰਵੀਸ਼ ਜਿੱਧਰ ਨੂੰ ਵੀ ਜਾਂਦਾ ਹੈ, ਰਵੀਸ਼ ਦੇ ਬੱਚੇ ਜਾਂਦੇ ਆ, ਉਹਨੂੰ ਕਿੰਨਾ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਤਾਂ ਉਹ ਜਾਣਦੇ ਹੈ, ਲੇਕਿਨ ਅਸੀਂ ਜਿੰਨਾ ਕੁ ਸੁਣਦੇ ਗਿਣਦੇ ਤਾਂ ਸਾਨੂੰ ਪਤਾ ਹੈ। ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਤੁਹਾਨੂੰ ਬੋਲਣ ਦਾ ਹੱਕ ਦਿੰਦਾ ਹੈ, ਭਾਰਤ ਦਾ ਸੰਵਿਧਾਨ ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ, ਲੇਕਿਨ ਇੱਥੇ ਇੱਕ ਜਿਹੜਾ ਜਨੂੰਨ ਹੈ ਉਹ ਤੁਹਾਡਾ ਜਿਹੜਾ ਹੱਕ ਹੈ, ਤੁਹਾਨੂੰ ਸੰਵਿਧਾਨ ਨੇ ਹੱਕ ਦਿੱਤਾ, ਉਹਦੇ 'ਚ ਨਹੀਂ ਰਹਿਣ ਦਾ। ਘਨੱਈਆ ਹੈ, ਘਨੱਈਏ ਦਾ ਕੀ ਕਸੂਰ ਸੀ, ਘਨੱਈਏ ਨੇ ਕਿੱਡਾ ਕੁ ਵੱਡਾ ਗੁਨਾਹ ਕਰ ਲਿਆ ਸੀ, ਜਿਸ ਤਰ੍ਹਾਂ ਘਨੱਈਏ ਨੂੰ ਟਾਰਗੇਟ ਕੀਤਾ ਗਿਆ, ਉਹਨੂੰ ਉਹਦੇ ਦੇਸ਼ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਗਿਆ, ਉੱਤੇ ਮੁਕੱਦਮਾ ਦਰਜ ਕੀਤਾ ਗਿਆ, ਉਹਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਜਿਹੜਾ ਇਨਸਾਫ਼ ਦਾ ਮੰਦਿਰ ਹੈ, ਜਿੱਥੋਂ ਬੰਦੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਉਸੇ ਇਨਸਾਫ਼ ਦੇ ਮੰਦਿਰ ਦੇ ਵਿੱਚ ਇਨਸਾਫ਼ ਦੀ ਇੱਕ ਬਾਂਹ, ਜਿਹਨੂੰ ਅਸੀਂ ਵਕੀਲ ਕਹਿ ਦਿੰਦੇ ਹਾਂ, ਕਾਲੇ ਕੋਟ ਪਾ ਕੇ ਘਨੱਈਏ ਤੇ ਹਮਲਾ ਕਰਦੇ ਆ, ਉੱਥੇ ਕਿਤਾਬਾਂ ਚਾੜਦੇ ਹੈ, ਘਨੱਈਏ ਦੇ ਪਰਚੇ ਹੋ ਜਾਂਦੇ ਹੈ, ਉਹ ਉਹਨਾਂ ਦੇ ਉੱਤੇ ਕਾਰਵਾਈ ਪੈਂਦੀ ਹੈ, ਰਸਮੀ ਕਾਰਵਾਈ ਪੈਂਦੀ ਹੈ, ਕੋਈ ਕਾਰਵਾਈ ਨਹੀਂ ਹੁੰਦੀ। ਉਹੀ ਘਨੱਈਆ ਦੁਨੀਆ ਦੇਸ਼ ਦੇ ਜਿਸ ਵੀ ਹਿੱਸੇ ਦੇ ਵਿੱਚ ਜਾਂਦਾ ਹੈ, ਉੱਥੇ ਆਰਐਸਐਸ ਬੀਜੇਪੀ ਦੇ ਜਿਹੜੇ ਵਗਲ ਬੱਚੇ ਹੈ ਉਹਦੇ ਤੇ ਅਟੈਕ ਕਰਦੇ ਹੈ। ਉਹ ਕੱਲ ਦਾ ਬੱਚਾ ਹੈ, ਛੋਟੀ ਜਿਹੀ ਉਮਰ ਦਾ ਬੱਚਾ ਹੈ, ਆਪਣੀ ਉਮਰ ਦੇ ਨਾਲੋਂ ਬੇਹੱਦ ਸਿਆਣਾ ਹੈ, ਲੇਕਿਨ ਉਹਦੇ ਵਿਚਾਰ ਹੈ ਜਿਹੜੇ ਉਹ ਇੱਕ ਵਿਚਾਰਧਾਰਾ ਨੂੰ ਜਿਹੜੇ ਹੈ ਹਜ਼ਮ ਨਹੀਂ ਹੁੰਦੇ, ਉਸ ਵਿਚਾਰਧਾਰਾ ਦੇ ਉੱਤੇ ਉਹ ਵਿਚਾਰਾਂ ਦੇ ਰਾਹੀਂ ਮਾਰ ਕਰਦਾ ਹੈ, ਉਹ ਸੰਵਾਦ ਦੇ ਰਾਹੀਂ ਮਾਰ ਕਰਦਾ ਹੈ, ਤੇ ਉਹਨੂੰ ਫਿਜ਼ੀਕਲੀ ਐਲੀਮੀਨੇਟ ਕਰਨ ਦੇ ਯਤਨ ਕੀਤੇ ਜਾ ਰਹੇ ਹੈ। ਕਿੰਨੇ ਰਵੀਸ਼ ਹੈ, ਕਿੰਨੇ ਘਨੱਈਏ ਹੈ, ਕਿਉਂਕਿ ਰਵੀਸ਼ ਜਿਹੜਾ ਹੈਗਾ ਉਹ ਇਸ ਕਰਕੇ ਸਾਨੂੰ ਦਿਖਦਾ, ਰਵੀਸ਼ ਇੱਕ ਚੈਨਲ ਤੇ ਬੈਠਾ, ਉਹ ਦਿੱਲੀ ਦੇ ਵਿੱਚ ਬੈਠਾ, ਉਹ ਰੋਜ਼ ਉੱਥੇ ਆਉਂਦਾ। ਜੇ ਅਸੀਂ ਨਿੱਕੇ ਨਿੱਕੇ ਕਸਬੇ ਚ ਦੇਖੀਏ, ਪੱਤਰਕਾਰ ਕੋਈ ਜ਼ਰੂਰੀ ਨਹੀਂ ਕਿ ਦਿੱਲੀ ਦੇ ਵਿੱਚ ਬਹੁਤ ਵੱਡਾ ਹੋਊ, ਛੋਟੇ ਕਸਬਿਆਂ ਦੇ ਵਿੱਚ ਪੱਤਰਕਾਰ ਬੜੀ ਵੱਡੀ ਭੂਮਿਕਾ ਅਦਾ ਕਰ ਰਹੇ ਹੈ। ਔਰ ਮੈਂ ਸੁਖਨੈਬ ਜੀ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਜਿਹੜੇ ਚੰਡੀਗੜ੍ਹ ਬੈਠੇ ਪੱਤਰਕਾਰ ਹੈ, ਜਿਹੜੇ ਦਿੱਲੀ ਬੈਠੇ ਪੱਤਰਕਾਰ ਹੈ, ਉਹ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹੈ, ਉਹ ਵਿਸ਼ਲੇਸ਼ਣ ਕਰਕੇ ਭਵਿੱਖਬਾਣੀ ਕਰਦੇ ਹੈ ਕਿ ਆਹ ਕੁਛ ਹੋਣ ਜਾ ਰਿਹਾ ਤੇ ਆਹ ਕੁਛ ਹੈ, ਪਰ ਉਹਨਾਂ ਨੂੰ ਜਿਹੜੀ ਫੀਡਬੈਕ ਮਿਲਦੀ ਹੈ, ਜਿਹੜਾ ਉਹਨਾਂ ਨੂੰ ਮਸਾਲਾ ਮਿਲਦਾ ਹੈ, ਮਸਾਲਾ ਤਾਂ ਉਹਨਾਂ ਨੂੰ ਉਹਨਾਂ ਪੱਤਰਕਾਰਾਂ ਤੋਂ ਮਿਲਦਾ ਹੈ ਜਿਹੜੇ ਸਿਰਾਂ ਦੇ ਉੱਤੇ ਕੱਫਣ ਬੰਨ ਕੇ ਸਾਡੇ ਰਿਮੋਟ ਇਲਾਕਿਆਂ ਦੇ ਵਿੱਚ ਫਿਰਦੇ ਹੈ, ਜਿੱਥੇ ਬਿਰਸਾ ਸਿੰਘ ਬਲਟੋਹੇ ਵਰਗੇ ਵੀ ਹੈ, ਜਿੱਥੇ ਸਿਕੰਦਰ ਸਿੰਘ ਮਲੂਕੇ ਵਰਗੇ ਵੀ ਹੈ, ਜਿੱਥੇ ਆਵਾਜ਼ ਤੱਕ ਨਹੀਂ ਕੱਢਣ ਦਿੱਤੀ ਜਾਂਦੀ, ਜਿਹੜੇ ਬੰਦੇ ਉੱਥੇ ਕੰਮ ਕਰਦੇ ਹੈ। ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਅਸੀਂ ਕਹਾਂਗੇ ਕਿ ਸਾਡੀ ਪੱਤਰਕਾਰਤਾ ਦੀ ਬੁਨਿਆਦ ਉਹ ਹੈ, ਬੁਨਿਆਦ ਜਿਹੜੀ ਤਾਹਾਂ ਬੈਠ ਕੇ ਬੜਾ ਕੁਛ ਕਰ ਲੈਂਦੇ, ਅਸੀਂ ਇਹ ਨੀ ਕਿ ਕਿਸੇ ਦੇ ਖਿਲਾਫ਼ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੀ ਇੱਜ਼ਤ ਕਰਦੇ ਹਾਂ, ਸਾਨੂੰ ਮਾਨਤਾ ਦਿੱਤੀ ਕਿ ਜਿਹੜੇ ਦਿੱਲੀ ਦੇ ਵਿੱਚ ਬੈਠ ਕੇ ਪੱਤਰਕਾਰ ਵਿਸ਼ਲੇਸ਼ਣ ਕਰਦੇ ਹੈ, ਲੇਕਿਨ ਉਹਨਾਂ ਵੱਲੋਂ ਜਿਹੜੀਆਂ ਵਿਸ਼ਲੇਸ਼ਣ ਕੀਤੇ ਜਾ ਰਹੇ ਜਾਂ ਜਿਹੜੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ, ਉਹਨਾਂ ਰਿਪੋਰਟਾਂ ਦੀ ਵਜ੍ਹਾ ਕਾਰਨ ਅਸੀਂ ਹੇਠਲੇ ਪੱਧਰ ਦਾ ਇੱਕ ਜਿਹੜਾ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤੁਰਨ ਵਾਲਾ ਸਧਾਰਨ ਪੱਤਰਕਾਰ, ਤਨਖਾਹਾਂ ਵੀ ਪੂਰੀਆਂ ਨਹੀਂ ਮਿਲਦੀਆਂ, ਜਿਹੜਾ ਸਿਰਫ ਮਸਾਂ ਦੀ ਰੋਟੀ ਰੋਟੀ ਦਾ ਜੁਗਾੜ ਕਰਦਾ, ਤਨਖਾਹਾਂ ਮਿਲਦੀਆਂ ਵੀ ਨਹੀਂ ਜੀ। ਤੁਸੀਂ ਪੂਰੀਆਂ ਦੀ ਗੱਲ ਕਰਦੇ ਹੋ, ਬਹੁਤੇ ਤਾਂ ਬਿਨਾਂ ਤਨਖਾਹ ਵਾਲੇ ਵੀ ਹੈ ਜੀ, ਪੰਜਾਬੀ ਦੇ ਵਿੱਚ ਕਿੰਨੇ ਕੁ ਅਖਬਾਰ ਹੋਣਗੇ ਢਿੱਲੋਂ ਸਾਹਿਬ ਜਿਹੜੇ ਪੈਸੇ ਦਿੰਦੇ ਆ ਪੰਜਾਬੀ ਚ, ਹਿੰਦੀ ਚ, ਮੈਨੂੰ ਤਾਂ ਸਗੋਂ ਇਹ ਕਹਿਣ ਦੇ ਵਿੱਚ ਵੀ ਕੋਈ ਇਤਰਾਜ਼ ਨਹੀਂ ਹੈ ਕਿ ਬਹੁਤੇ ਅਖਬਾਰੇ ਕਹਿੰਦੇ ਹੈ ਕਿ ਤੁਸੀਂ ਸਾਨੂੰ ਕੀ ਦਿਓਗੇ। ਪੰਜਾਬੀ ਦਾ ਇੱਕ ਅਖਬਾਰ ਤਾਂ ਇਹੋ ਜਿਹਾ ਹੈ ਜਿਹੜਾ ਪੰਜਾਬ ਦਾ ਬਹੁਤ ਵੱਡਾ ਅਖਬਾਰ ਹੈ, ਤੇ ਉਹਦੇ ਕੋਲ ਜਦੋਂ ਕੋਈ ਪੱਤਰਕਾਰ, ਗੈਰਤਮੰਦ ਪੱਤਰਕਾਰ ਇੰਟਰਵਿਊ ਦੇਣ ਵਾਸਤੇ ਜਾਂਦਾ ਕਿ ਮੈਂ ਕੰਮ ਕਰਨ ਨੂੰ ਤਿਆਰ ਹਾਂ, ਤੇ ਕਹਿੰਦੇ ਉਹਦਾ ਪਹਿਲਾ ਸਵਾਲ ਹੀ ਹੁੰਦਾ ਕਿ ਤੂੰ ਸਾਨੂੰ ਕੀ ਦੇਗਾ। ਤੇ ਇੱਕ ਹੋਰ ਸੰਪਾਦਕ ਰਿਹਾ ਨੀ ਉਹਨੇ ਇਸ ਦੁਨੀਆਂ ਚ, ਮੈਂ ਤੁਹਾਨੂੰ ਉਹਦਾ ਜ਼ਿਕਰ ਕਰਦਾ, ਇੱਕ ਵਾਰੀ ਉਹਨੇ ਮੀਟਿੰਗ ਕੀਤੀ ਜਲੰਧਰ ਆਪਦੇ ਪੱਤਰਕਾਰਾਂ ਦੀ, ਗੱਲਾਂ ਬਾਤਾਂ ਕਰਨ ਲੱਗ ਗਏ, ਤੇ ਉਹ ਉਹਨਾਂ ਨੂੰ ਕਹਿੰਦਾ ਵੀ ਗੱਲ ਇਹ ਹੈ ਮਿੱਤਰੋ, ਪ੍ਰਕਾਸ਼ ਸਿੰਘ ਬਾਦਲ ਵਾਲੀ ਗੱਲ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਸੰਗਤ ਦਰਸ਼ਨਾਂ ਚ ਕਿ ਸਰਪੰਚ ਸਾਹਿਬ ਤੁਸੀਂ 10 ਲੱਖ ਮੰਗਿਆ ਤੇ ਮੈਂ ਤੁਹਾਨੂੰ 20 ਲੱਖ ਦੇ ਚੱਲਿਆ, ਇਹ ਕਰਜ਼ੇ ਵਿੱਚੋਂ ਅੱਧ ਬਚਤ ਪੈਣਾ, ਕਿਰਪਾ ਕਰਕੇ ਜ਼ਰੂਰ ਲਾ ਦਿਓ। ਮਤਲਬ ਲਾਇਸੈਂਸ ਉਹਦੇ ਦਿੰਦਾ ਸੀ, ਕਹਿੰਦੇ ਕਿ ਤਾਂ ਖਾ ਲਓ, ਤੇ ਉਹ ਉਸੇ ਜਿਵੇਂ ਉਸ ਸੰਪਾਦਕ ਨੇ ਕਹਿਤਾ ਵੀ ਭਾਈ ਗੱਲ ਇਹ ਹੈ ਆਪਦਾ ਲੁੱਟਮਾਰ ਕਰੋ, ਥੱਲੇ ਅੱਧ ਬਚਤ ਆਪ ਰੱਖ ਲਿਆ ਕਰੋ ਤੇ ਬਾਕੀ ਮੈਨੂੰ ਦੇ ਦਿਆ ਕਰੋ। ਜਦੋਂ ਇਸ ਕਿਸਮ ਦੇ ਅਖਬਾਰਾਂ ਦੇ ਵਿੱਚ ਕੰਮ ਕਰਨਾ ਪੈਂਦਾ ਤੇ ਬੰਦੇ ਫੇਰ ਵੀ ਆਪਦਾ ਆਪਦੀ ਭਕਾਈ ਕਰਦੇ ਆ, ਆਪਦਾ ਜਨੂੰਨ ਪੂਰਾ ਕਰਦੇ ਆ, ਉੱਥੇ ਉਹ ਕੰਮ ਵੀ ਕਰਦੇ ਆ, ਆਪਣੇ ਆਪ ਨੂੰ ਰਿਸਕ ਦੇ ਵਿੱਚ ਵੀ ਪਾਉਂਦੇ ਆ, ਤੇ ਨਾਲ ਅਖਬਾਰਾਂ ਦੇ ਜਿਹੜੇ ਸੰਪਾਦਕ ਆ ਉਹਨਾਂ ਦੇ ਭੁੱਖੇ ਢਿੱਡਾਂ ਦੇ ਵਿੱਚ ਜਿਹੜੀ ਉਹਨਾਂ ਦੀ ਅੱਗ ਮੱਚਦੀ ਆ, ਉਸ ਅੱਗ ਨੂੰ ਵੀ ਠੰਡਾ ਕਰਦੇ ਆ, ਆਪਦਾ ਲਹੂ ਡੋਲ ਕੇ ਆਪਦੇ ਜਿਸਮ ਨੂੰ ਤਿਨਕਾ ਕਰਕੇ ਜਿਹੜੇ ਬੰਦੇ ਦਾਂ ਤੇ ਲਾਉਂਦੇ ਆ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਹੇਠਲੇ ਲੈਵਲ ਦੇ ਪੱਤਰਕਾਰ ਆ, ਜਿਹਨਾਂ ਨੂੰ ਅਸੀਂ ਰੀੜ ਦੀ ਹੱਡੀ ਕਹਿੰਦੇ ਪੱਤਰਕਾਰਤਾ ਦੀ, ਸੋਚਣਾ ਉਹਦੇ ਬਾਰੇ ਵੀ ਬਹੁਤ ਜ਼ਰੂਰੀ ਹੈ ਜੀ।
ਬਿਲਕੁਲ ਢਿੱਲੋਂ ਸਾਹਿਬ, ਗੱਲ ਅੱਗੇ ਤੁਸੀਂ ਕੰਕਲੂਜਨ ਤੇ ਲਈ ਗਏ ਹੋ ਪਰ ਮੈਂ ਥੋੜਾ ਜਿਹਾ ਆਊਟਪੁੱਟ ਪਾ ਦਿਆਂ ਇਹਦੇ ਚ। ਗੁਰਦਾਸ ਹੋਰਾਂ ਨੂੰ ਆਪਣਿਆਂ ਨੂੰ ਤਿੰਨ ਕੁ ਦਿਨ ਪਹਿਲਾਂ ਕੋਈ ਬੰਦਾ ਕਹਿੰਦਾ, ਸ਼ਾਇਦ ਬਠਿੰਡੇ ਦਾ ਸੀ ਜਾਂ ਕੋਈ ਨੇੜੇ ਦਾ ਸੀਗਾ, ਕਹਿੰਦਾ ਜੀ ਮੈਂ ਬਿਊਰੋ ਆ ਗਿਆ ਕਿਸੇ ਚੈਨਲ ਦਾ, ਤੁਸੀਂ ਐਂ ਕਰੋ ਬਠਿੰਡਾ ਸੰਭਾਲ ਲਓ। ਕਹਿੰਦੇ ਮੈਨੂੰ ਕਾਬਲ ਬੰਦੇ ਤੁਸੀਂ ਲੱਗੇ ਹੋ। ਉਹ ਕਹਿੰਦਾ ਹਿਸਾਬ ਕਿਤਾਬ ਕਿਰੋ, ਸਿੱਧਾ ਹੀ ਆ, ਕਹਿੰਦਾ ਨਾ ਕੁਛ ਲੈਣਾ ਤੇ ਨਾ ਕੁਛ ਦੇਣਾ। ਮਤਲਬ ਇਹ ਵੀ ਲੱਗਦਾ ਕਿ ਮੰਗੇ ਵੀ ਜਾ ਸਕਦੇ ਸੀ ਹਜੇ। ਤੇ ਜਦੋਂ ਉਹਨੂੰ ਦੱਸਿਆ ਕਿ ਭਾਈ ਅਸੀਂ ਤਾਂ ਸੁਖਨਾ ਵਧੀਆ ਕਮਾਉਣੇ ਆ, ਅਸੀਂ ਉਹ ਜਿਹਾ ਚੋ ਨਹੀਂ, ਫਿਰ ਦੂਜੇ ਪਾਸੇ ਨੂੰ ਹੋ ਤੁਰੇ। ਮਤਲਬ ਇਹ ਵੱਡਾ ਪਾੜਾ ਹੈਗਾ ਕਿ ਜਿਹੜੇ ਮਿਹਨਤੀ ਲੋਕ ਆ ਉਹਨਾਂ ਨੂੰ ਮੌਕੇ ਨਹੀਂ ਮਿਲਦੇ, ਤੇ ਜਿਹੜੇ ਮੌਕਾ ਪ੍ਰਸਤ ਲੋਕ ਹੈ ਉਹ ਮਿਹਨਤ ਨਹੀਂ ਕਰਦੇ। ਨਹੀਂ ਸੁਖਨਾਬ ਜੀ, ਇਹ ਗੱਲ ਵੀ ਹੈ, ਤੁਹਾਡੀ ਗੱਲ ਵੀ ਠੀਕ ਹੈ। ਇੱਥੇ ਹਾਲਾਤ ਚਿੱਟੇ ਲੁੱਟ ਵੀ ਹੈ, ਕਈ ਪੱਤਰਕਾਰ ਦੇ ਜਿਹੜੇ ਹੈਗੇ ਪੱਤਰਕਾਰਤਾ ਦੇ ਨਾਂ ਥੱਲੇ ਜਿਹੜੀਆਂ ਹੈਗੀਆਂ ਕਾਲੀਆਂ ਭੇਟਾਂ, ਉਹ ਚੀਜ਼ ਨੂੰ ਉਂਗਲ ਲਾ ਕੇ ਤੇ ਸ਼ਹਾਦਤ ਦਾ ਦਰਜਾ ਭਾਲ ਲੈਂਦੀਆਂ ਕਿ ਜੀ ਮੈਂ ਆ ਕੀਤਾ, ਥੋੜੇ ਦਿਨ ਪਹਿਲਾਂ ਹੋਇਆ ਹੀ ਹੈ, ਬਠਿੰਡੇ ਚ ਹੀ ਹੋਇਆ ਆਪਾਂ ਨੂੰ, ਚੀਫ ਮਿਨਿਸਟਰ ਆਇਆ ਸੀ ਉੱਥੇ ਵੀ ਲੇਲੜੀਆਂ ਕੱਢੀਆਂ ਕਿ ਜੀ ਮੈਨੂੰ ਕੁਛ ਨਾ ਕੁਛ ਦਵਾਓ। ਪਰ ਮੈਂ ਜਿਹੜੇ ਬੱਚੇ ਦੀ ਤੁਸੀਂ ਗੱਲ ਕੀਤੀ ਹੈ ਗੁਰਦਾਸ ਦੀ, ਮੈਂ ਚਸ਼ਮ ਦੀ ਗਵਾਹ, ਜਦੋਂ ਗੁਰਦਾਸ ਇੱਥੇ ਕਵਰੇਜ ਕਰ ਰਿਹਾ ਸੀ ਕਿਸੇ ਹੋਰ ਚੈਨਲ ਵਾਸਤੇ, ਗੋਲੀ ਚੱਲੀ ਹੈ, ਗੁਰਦਾਸ ਜ਼ਖਮੀ ਹੋਇਆ, ਉਸ ਵੇਲੇ ਗੁਰਦਾਸ ਨੂੰ ਗਰੀਬ ਦਲਤਾਂ ਦਾ ਮੁੰਡਾ ਹੈ, 20 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਕਿ ਤੂੰ ਕੰਪਰੋਮਾਈਜ਼ ਕਰ ਲਾ। ਤੇ ਉਹਨੇ ਕਿਹਾ ਸੀ ਨਹੀਂ, 20 ਲੱਖ ਨਹੀਂ, 20 ਛਿੱਤਰ ਭਾਵੇਂ ਹੋਰ ਮਾਰ ਦਿਓ, ਲੇਕਿਨ ਮੇਰੇ ਭਾਈਚਾਰੇ ਤੋਂ ਪੁੱਛ ਲਓ। ਉਹ ਤਾਂ ਬਦਕਿਸਮਤੀ ਹੈ, ਉਸ ਜਿਹੜੇ ਨੇ ਉਹਨੂੰ ਅਪਰੋਚ ਕੀਤਾ ਉਹਨੂੰ ਇਹ ਨੀ ਪਤਾ ਲੱਗਿਆ ਕਿ ਬੱਚਾ ਕਿਸ ਮਿੱਟੀ ਦਾ ਬਣਿਆ ਹੋਇਆ, ਤੇ ਇਹਦਾ ਕਿਰਦਾਰ ਜਿਹੜਾ ਹੈਗਾ, ਇਹਦਾ ਕਰੈਕਟਰ ਕਿੱਡਾ ਉੱਚਾ ਸੁੱਚਾ ਹੈ। ਉਹ ਕਈ ਵਾਰੀ ਲੋਕ ਨਾ ਗਲਤ ਜਿਹੜੀ ਹੈਗੀ ਹੈ ਐਸਟੀਮੇਟ ਲਾ ਲੈਂਦੇ ਹੈ, ਤੇ ਉਹਨਾਂ ਥਾਵਾਂ ਤੇ ਜਾ ਕੇ ਬੀਨ ਵਜਾਉਣ ਲੱਗ ਜਾਂਦੇ ਹੈ, ਜਿੱਥੋਂ ਦੇ ਸੱਪ ਜਿਹੜੇ ਹੈਗੇ ਆ ਉਹ ਸਪੋਲੀਏ ਹੁੰਦੇ ਆ, ਉਹ ਆਪਣੇ ਬੀਨ ਦੇ ਜਿਹੜੇ ਹੈਗੇ ਆ ਤੁਹਾਡੇ ਕੀ ਕਮਾ ਧੁਣਾ, ਉਹ ਬੀਨ ਦੀਆਂ ਵਾਲੇ ਹੁੰਦੇ ਨੀ, ਉਹ ਤਾਂ ਆਪਣੇ ਆਪ ਨੂੰ ਜਿਹੜਾ ਹੈਗਾ ਫੁਕਾਰਾ ਮਾਰ ਕੇ ਮੈਦਾਨੇ ਜੰਗ ਹੀ ਮਾਰਦੇ ਹੁੰਦੇ ਆ ਜੀ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਜਾਂਦੇ ਜਾਂਦੇ ਜੇ ਕੁਛ ਹੋਰ ਇਸ ਬਾਬਤ ਕਹਿਣਾ ਚਾਹੋ ਤਾਂ 1-2 ਮਿੰਟ ਆਪਣੇ ਕੋਲ ਹੈਗੇ ਆ। ਵੈਸੇ ਸੁਖਨਾ ਬੜਾ ਵਧੀਆ ਹੈ ਅੱਜ ਜਿਹੜਾ ਆਪਣਾ ਗੱਲਬਾਤ ਹੈ, ਔਰ ਸਰੋਤੇ ਵੀ ਵਧੀਆ ਇਸ ਦਾ ਆਨੰਦ ਮਾਣ ਰਹੇ ਜੀ। ਨਹੀਂ ਦੇਖੋ ਗੱਲ ਕੀ ਹੈ, ਜਿਹੜੀ ਆਪਾਂ ਬੀਬੀ ਦੀ ਗੱਲ ਕਰਦੇ ਸੀਗੇ ਗੌਰੀ ਦੀ, ਗੌਰੀ ਪਹਿਲੀ ਪੱਤਰਕਾਰ ਨਹੀਂ, ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖੀਏ ਤਾਂ 12-15 ਪੱਤਰਕਾਰ ਜਿਹੜੇ ਹੈਗੇ ਆ, ਜਿਹੜੇ ਮੇਰੇ ਧਿਆਨ ਦੇ ਵਿੱਚ ਆ, ਉਹਨਾਂ ਦਾ ਕਤਲ ਹੋ ਗਿਆ। ਔਰ ਇੱਕ ਖਾਸ ਗੱਲ ਜਿਹੜੀ ਕਵਾਂਗੇ ਕਿ ਜਿਹੜੇ ਸੈਕੂਲਰਿਜ਼ਮ ਦੇ ਉੱਤੇ ਧਰਮ ਨਿਰਪੱਖਤਾ ਦੇ ਉੱਤੇ ਜਿਨ੍ਹਾਂ ਦੇ ਸਾਹਮਣੇ ਏਜੰਡਾ ਇੱਕੋ ਹੀ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ, ਜਦੋਂ ਮਨੁੱਖਤਾ ਨੂੰ ਆਂਚ ਆਉਂਦੀ ਹੈ ਤੇ ਉਹ ਮਨੁੱਖਤਾ ਨੂੰ ਜਿਹੜੇ ਹੈਗੇ ਆਪਾਂ ਖਤਰਾ ਪੈਦਾ ਕਰਨ ਵਾਲੇ ਤਾਕਤਾਂ ਦੇ ਖਿਲਾਫ਼ ਲਿਖਦੇ ਹੈ, ਉਹਨਾਂ ਨੂੰ ਉਦੋਂ ਆਪਣਾ ਇਹ ਜਿਹੀ ਹੋਣੀ ਦਾ ਸ਼ਿਕਾਰ ਹੋਣਾ ਪੈਂਦਾ। ਤੁਸੀਂ ਦੇਖੋ ਜੇ ਆਪਾਂ ਕਰਨਾਟਕਾ ਦੀ ਗੱਲ ਕਰੀਏ, ਕਰਨਾਟਕਾ ਦੇ ਵਿੱਚ ਗੌਰੀ ਤੋਂ ਪਹਿਲਾਂ ਡਾਕਟਰ ਦਾਬੋਲਕਰ, ਡਾਕਟਰ ਪਨੇਸਰ, ਡਾਕਟਰ ਕੁਲਵਰਗੀ, ਇਹੋ ਜਿਹੇ ਵਿਦਵਾਨ ਮਾਰੇ ਗਏ ਤੇ ਚੌਥੀ ਬੀਬੀ ਹੈ, ਔਰ ਇੱਕੋ ਤਰੀਕਾਕਾਰ ਵੀ ਇੱਕੋ ਤਰੀਕੇ ਦੇ ਨਾਲ ਮਾਰਿਆ ਗਿਆ। ਤੇ ਨਾਲ ਮੈਨੂੰ ਇੱਕ ਹੋਰ ਵੀ ਕਹਿਣਾ ਪੈ ਰਿਹਾ, ਤੁਹਾਡੇ ਨਾਲ ਹੀ ਮੈਂ ਸਾਂਝੀ ਕਰ ਰਿਹਾ। ਅੱਜ ਮੈਂ ਦੇਖਿਆ ਕਿ ਕੁਝ ਅਜਿਹੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਜਾਂ ਪੋਲੀਟੀਕਲ ਸਟ੍ਰੈਟਜਿਸਟ ਕਹਾਉਣ ਵਾਲੇ ਲੋਕ ਹੈ, ਜਿਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਤੇ ਉਹਦੇ ਮੰਤਰੀ ਮੰਡਲ ਦੇ ਲੋਕ ਉਹਨਾਂ ਦੇ ਟਵੀਟਾਂ ਨੂੰ ਫੋਲੋ ਕਰਦੇ ਹੈ, ਉਹਨਾਂ ਦੀਆਂ ਜਿਹੜੀਆਂ ਇਸ ਜਿਹੜੇ ਜੋ ਉਹਨਾਂ ਨੇ ਵਿਚਾਰ ਪ੍ਰਗਟ ਕੀਤੇ ਹੈ, ਉਹਨਾਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਧਰਮ ਨਿਰਪੱਖ ਪੱਤਰਕਾਰਤਾ ਨੂੰ ਕਿੰਨਾ ਵੱਡਾ ਖਤਰਾ ਹੈ। ਇੱਕ ਕੋਈ ਆਸ਼ੀਸ਼ ਸਿੰਘ ਨਾਂ ਦਾ ਬੰਦਾ ਹੈ, ਜਿਹੜਾ ਆਪਣੇ ਆਪ ਨੂੰ ਪੋਲੀਟੀਕਲ ਸਟ੍ਰੈਟਜਿਸਟ ਕਹਿੰਦਾ ਹੈ, ਇਹਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਮੈਂਬਰ ਜਿਹੜੇ ਹੈਗੇ ਆ ਫੋਲੋ ਕਰਦੇ ਆ। ਉਹ ਕਹਿੰਦਾ ਜੈਸੀ ਕਰਨੀ ਵੈਸੀ ਪਰ, ਇਹ ਕਹਿ ਰਿਹਾ ਹੈ ਬੀਬੀ ਤੇ ਗੌਰੀ ਤੇ, ਕਿ ਜਿਵੇਂ ਕੋਈ ਉਹਨੇ ਬਹੁਤ ਵੱਡਾ ਗੁਨਾਹ ਕੀਤਾ ਹੋਵੇ। ਉਹਦਾ ਗੁਨਾਹ ਸਿਰਫ ਇੱਕੋ ਹੀ ਹੈ ਕਿ ਉਹ ਸੈਕੂਲਰਿਜ਼ਮ ਵਾਸਤੇ ਲੜਦੀ ਰਹੀ ਹੈ, ਔਰ ਉੱਥੋਂ ਦੇ ਕਰਨਾਟਕਾ ਦੇ ਇੱਕ ਪਾਰਲੀਮੈਂਟ ਦੇ ਮੈਂਬਰ ਨੇ ਉਹਦੇ ਖਿਲਾਫ਼ ਮਾਨਹਾਨੀ ਦਾ ਦਾਅਵਾ ਕਰਵਾ ਕੇ ਉਹਨੂੰ 6 ਮਹੀਨਿਆਂ ਦੀ ਕੈਦ ਕਰਵਾਈ ਸੀ। ਔਰ ਇਹ ਤੋਂ ਇਲਾਵਾ ਕੁਛ ਹੋਰ ਲੋਕ ਹੈ, ਇੱਕ ਜਾਗਰਤੀ ਸ਼ੁਕਲਾ ਹੈ, ਇੱਕ ਵਿਸ਼ਵੇਸ਼ਵਰ ਭੱਟ ਹੈ, ਔਰ ਰੀਟਾ ਵਰਗੇ ਇਹ ਲੋਕ ਸਾਰੇ ਦੇ ਸਾਰੇ ਤੁਸੀਂ ਇਹਨਾਂ ਦੇ ਟਵਿੱਟਰਾਂ ਨੂੰ ਫੋਲੋ ਕਰਕੇ ਦੇਖੋ, ਇਹ ਅੱਗ ਉਗਲ ਰਹੇ ਹੈ। ਔਰ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਗ ਉਗਲਣ ਵਾਲਿਆਂ ਨੂੰ ਫੋਲੋ ਕਰਦੀ ਹੈ ਸਾਡੀ ਕੇਂਦਰ ਸਰਕਾਰ ਦੀ ਵਜ਼ੀਰ ਮੰਡਲੀ, ਔਰ ਜਦੋਂ ਵਜ਼ੀਰ ਮੰਡਲੀ ਅਜਿਹੀਆਂ ਢਾਹੂ ਤਾਕਤਾਂ ਨੂੰ ਫੋਲੋ ਕਰੇ ਤੇ ਉਹ ਢਾਹੂ ਤਾਕਤਾਂ
ਸ਼ਰੇਆਮ ਜਿਹੜਾ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਕਲੇਮ ਕਰਨ ਕਿ ਹਾਂ ਇਹਨਾਂ ਨੇ ਗਲਤ ਕੰਮ ਕੀਤਾ ਸੀ ਜਿਹੜਾ ਹੋਣੇ ਚਾਹੀਦਾ ਸੀ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੈ ਕਿ ਕਰਨਾਟਕਾ ਜਾਂ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਜੋ ਹੋ ਰਿਹਾ ਇਹ ਕੱਲਾ ਕੁਛ ਉਹ ਹੱਥ ਨੀ ਜਿਹੜੇ ਕਰਦੇ ਸਗੋਂ ਇਹਨਾਂ ਨੂੰ ਕਰਾਉਣ ਪਿੱਛੇ ਦਿਮਾਗ ਕੁਛ ਹੋਰ ਹੈ, ਔਰ ਉਹ ਦਿਮਾਗ ਜਿਹੜੇ ਹੈਗੇ ਉਹ ਦਿਮਾਗ ਸੁਧਾਰਨੀ, ਉਹ ਦਿਮਾਗ ਦਿੱਲੀ ਤੋਂ ਲੈ ਕੇ ਦੇਸ਼ ਦੀਆਂ ਰਾਜਧਾਨੀਆਂ ਤੱਕ ਵੱਡੀਆਂ ਕੁਰਸੀਆਂ ਦੇ ਉੱਤੇ ਸੁਸ਼ੋਭਿਤ ਹੈ ਜੀ। ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬੜੀ ਬੇਸਕੀਮਤੀ ਜਾਣਕਾਰੀ ਸਰੋਤਿਆਂ ਦੇ ਨਾਲ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਂਝੀ ਕੀਤੀ ਹੈ, ਤੇ ਚਾਹਾਂਗੇ ਨੰਬਰ ਜ਼ਰੂਰ ਸਾਂਝਾ ਕਰ ਦਿਓ ਹੁਣ ਫਿਰ। ਹਾਂਜੀ, ਮੇਰਾ ਨੰਬਰ ਹੈ 98-144-42-524। ਦੁਬਾਰਾ ਫਿਰ ਬੋਲ ਦੇਣਾ ਜੀ, ਨੰਬਰ ਹੈ ਮੇਰਾ 98-144-42-524। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰੇ। ਸਤਿ ਸ੍ਰੀ ਅਕਾਲ ਜੀ। ਬਖਤੌਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਚੱਲ ਰਹੀ ਸੀ, ਔਰ ਗੱਲਬਾਤ 2-3 ਮਿੰਟ ਲੰਬੀ ਚੱਲ ਗਈ। ਚਲੋ ਕੋਈ ਨਾ, ਜਦੋਂ ਕਿਤੇ ਕਿਆਰਾ ਹੁੰਦਾ ਨਾ ਲਾਉਣ ਵਾਲਾ ਤੇ ਟਿੱਬੇ ਜੇ ਵਾਲੇ ਪਾਸੇ ਨੀ ਪਾਣੀ ਚੜ੍ਹਦਾ ਹੁੰਦਾ, ਧੋੜੇ ਜੇ ਵਾਲੇ ਪਾਸੇ, ਉਦੋਂ ਇੱਕ ਅੱਧਾ ਮਿੰਟ ਫਿਰ ਵੜਦੇ ਵੜਦੇ ਪਾਣੀ ਵੀ ਟਾਈਮ ਲੱਗ ਹੀ ਜਾਂਦਾ। ਸੋ ਗੱਲਬਾਤ ਢਿੱਲੋਂ ਸਾਹਿਬ ਦੇ ਨਾਲ ਕੀਤੀ ਸੀ, ਔਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸੀ ਦਵਿੰਦਰ ਸਿੰਘ ਮਾਹਲ ਨਿਊਯਾਰਕ ਤੋਂ, ਇਹ ਸਾਡੇ ਨਾਲ ਜੁੜਦੇ ਆ, ਸਹਿਯੋਗ ਕਰਦੇ ਆ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਤੇ ਅਗਲੀ ਗੱਲਬਾਤ ਮਿੱਤਰ